ਨਵੀਂ ਈਦ ਗੁਜ਼ਰੀ ਹੈ, ਗੁਜ਼ਸ਼ਤਾ ਈਦ ਮੁਬਾਰਕ ਦੀ ਕਲੈਪ ਵੀ ਹੋਣੀ ਚਾਹੀਦੀ ਹੈ ਸਾਰੇ ਭਰਾ ਨੇ। ਤੀਸਰੀ 14 ਅਗਸਤ ਵੀ ਗੁਜ਼ਰੀ ਹੈ, ਉਹਦੀ ਵੀ ਇੱਕ ਜ਼ਰਾ ਖੁੱਲ੍ਹ ਕੇ ਹੋਣੀ ਚਾਹੀਦੀ ਸਾਰੇ ਪਾਕਿਸਤਾਨੀ ਨੂੰ। ਅਤੇ ਹੁਣ ਬੜੀ ਅਹਿਮ ਇੱਕ ਕਲੈਪ ਆ ਰਹੀ ਹੈ, ਜਿਹਦੀ ਜਿਹਦੀ ਸ਼ਾਦੀ ਹੋਈ ਉਹਨੂੰ ਸ਼ਾਦੀ ਮੁਬਾਰਕ ਦੀ ਕਲੈਪ ਇੱਕ। ਅਤੇ ਹੁਣ ਉਸ ਤੋਂ ਵੀ ਅਹਿਮ ਜੇ, ਜਿਹਦੀ ਸ਼ਾਦੀ ਨਹੀਂ ਹੋਈ ਮੁਬਾਰਕ ਦੀ ਕਲੈਪ। ਜਿਹਦੀ ਸ਼ਾਦੀ ਨਹੀਂ ਹੋਈ ਇਹਦੇ ਘਰ ਆ ਜਾ। ਉਹ ਪੱਟੀ ਮੇਰੀ ਗੱਲ ਸੁਣ, ਗੱਲ ਦਾ ਗੁੱਸਾ ਨਾ ਕਰੋ, ਨਵਾਂ ਨਵਾਂ ਕੋਈ ਗੱਲ। ਅੱਛਾ ਪੱਟੀ, ਤੂੰ ਕੀ ਕਹਿੰਦਾ ਹੁੰਦਾ ਅਕਸਰ ਮਾਂ ਦੇ ਬਾਰੇ? ਸਿਆਣੇ ਸਾਚੀ ਆਖੀ ਮਾਂ ਦੇ ਬਾਰੇ 'ਚ, ਜਿਸ ਘਰ ਵਿੱਚ ਮਾਂ ਨਹੀਂ ਹੁੰਦੀ ਉਸ ਵੇਲੇ 'ਚ ਰਹਿਮਤ ਦੀ ਛਾਂ ਨਹੀਂ ਹੁੰਦੀ, ਜੇ ਮਾਂ ਵੱਲੋਂ ਹਾਂ ਨਾ ਹੋਵੇ ਤੇ ਰੱਬ ਵੱਲੋਂ ਵੀ ਕਦੀ ਹਾਂ ਨਹੀਂ ਹੁੰਦੀ। ਕਿਆ ਬਾਤ, ਕਿਆ ਬਾਤ! ਉਹ ਪਾਗਲਾ, ਮਾਂ ਦੀ ਜਿੰਨੀ ਤਾਰੀਫ ਬਿਆਨ ਕਰੋ ਥੋੜੀ ਹੈ। ਮਾਂ ਦੇ ਬਾਰੇ ਸ਼ਾਇਰ ਕੀ ਕਹਿੰਦਾ ਮੈਂ ਵੀ ਤੈਨੂੰ ਦੱਸਣਾ। ਮਾਵਾਂ ਦੇ ਦਿਲ ਨਰਮ ਗੁਲਾਬੀ, ਕਦੀ ਨਾ ਸਹਿਣ ਜੁਦਾਈਆਂ, ਪੁੱਤਰਾਂ ਦੇ ਹਰ ਐਬ ਲਕਾਵਨ, ਕਦੀ ਨਾ ਕਰਨ ਬੁਰਾਈਆਂ, ਪਿਓ ਮਰੇ ਸਿਰ ਨੰਗਾ ਹੋਵੇ, ਭਰਾ ਮਰੇ ਕੰਡ ਖਾਲੀ, ਮਾਵਾਂ ਬਾਦ ਮੁਹੰਮਦ ਬਖਸ਼ਾ, ਕੌਣ ਕਰੇ ਰਖਵਾਲੀ। ਮਾਵਾਂ ਠੰਡੀਆਂ ਛਾਵਾਂ, ਪਿਓ ਸ਼ਿਗਰ ਦੁਪਹਿਰ। ਓਏ ਦੁਪਹਿਰ ਵਾਲੀ ਦਾ ਲੱਗਦਾ ਐਡਾ ਕਾਲਾ ਸਿਆ ਜੇ, ਇਹਦੇ ਵਾਲ ਦੇ ਨੇ ਤੇ ਤੂੰ ਸ਼ਦੀਦ ਕਿਸਮ ਦੇ ਕਾਲੇ ਨੇ, ਕੱਲ ਪੂਰੇ ਮੁਹੱਲੇ 'ਚ ਫਿਰਨ ਨੇ। ਮੈਂ ਕਿਹਾ ਕੀ ਕਰ ਰਹੇ ਹੋ? ਕਹਿੰਦੇ ਯੋਮੇ ਸਿਆਹ ਬਣਾ ਰਹੇ। ਏਡਾ ਪਾ ਗਿਆ ਖਡੌਣੇ ਦੁਕਾਨ ਤੇ ਚਲਾ ਗਿਆ, ਕਹਿੰਦਾ ਬਾਂਦਰ ਕਿੰਨੇ ਦਾ? ਦੁਕਾਨਦਾਰ ਕਹਿੰਦਾ ਅੰਨੀ ਦੇ ਸ਼ੀਸ਼ਾ ਵੇਖਦੇ ਆ। ਐਸਾ ਕੱਲ ਕਵਸਾਂ ਚ ਨਾਸ਼ਤਾ ਲਾ ਲਿਆ, ਮੈਂ ਪੁੱਛਿਆ ਭਾਜੀ ਗਾਹ ਕੋਈ ਨਹੀਂ ਹੈ, ਕਹਿੰਦਾ ਸੁੱਤੇ ਨਹੀਂ ਉੱਠੇ। ਚੌਥੀ ਮੰਜ਼ਲ ਤੇ ਛੋਲੇ ਲਾ ਲਏ, ਮੈਂ ਕਿਹਾ ਕੀ ਹੋਇਆ? ਕਹਿੰਦਾ ਥੱਲੇ ਬੱਚੇ ਹੱਥ ਮਾਰਦੇ। ਚੌਥੀ ਮੰਜ਼ਲ ਤੇ ਲਾ ਲਏ ਹੋਰ ਵੱਡੀ ਸਾਬੀ। ਅਸਲਾਮੁ ਅਲੈਕਮ ਜਨਾਬ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਆਈ ਲਵ ਯੂ ਆਲ। ਮੈਂ ਸਦਕੇ ਜਾਵਾਂ, ਸਵੇਰ ਸਵੇਰ ਮਹਿਮਾਨ ਸਾਡੇ ਘਰ 'ਚ, ਰੱਬ ਦੀ ਰਹਿਮਤ, ਈਦ ਦਾ ਦਿਨ ਹੈ, ਮਹਿਮਾਨ ਆਣੇ ਆਣੇ। ਜੀ ਜੀ ਸਰ, ਅੱਲਾ ਖੈਰ ਕਰੇ ਤੁਹਾਡੀ, ਤੁਹਾਡਾ ਭਲਾ ਹੋਵੇ, ਤੁਹਾਡੇ ਬੱਚੇ ਜੀਉ। ਆਮੀਨ ਆਮੀਨ। ਮੈਨੂੰ ਲੱਗਦਾ ਇਸ ਘਰ ਦਾ ਮਾਲਕ ਹੀ ਹੋਰ ਖਾਲਸ। ਗਲਤ ਪਛਾਣਿਆ ਤੁਸੀਂ, ਮੈਂ ਇਸ ਘਰ ਦਾ ਨੌਕਰ ਆ ਜੀ, ਸਾਰੇ ਘਰ ਦੇ ਕੰਮ ਮੈਂ ਕਰਨਾ, ਸਾਬਾਂ ਦੇ ਬੀਬੀਆਂ ਦੇ ਜਿੰਨੇ ਵੀ ਕੰਮ ਨੇ ਮੈਂ ਕਰਨਾ। ਤੁਸੀਂ ਕਿਧਰ ਆਏ? ਚਲੋ ਭਾਈ, ਮਾਲਕ ਭਈਆ ਨੌਕਰ ਹੋ, ਅਸੀਂ ਖਾਲੀ ਹੱਥ ਕੋਈ ਨਹੀਂ ਜਾਣਾ। ਅੱਛਾ ਜੀ, ਅਸੀਂ ਤੁਹਾਡੇ ਕੋਲ ਗੋਸ਼ਤ ਲੈ ਕੇ ਜਾਣਾ ਜੀ। ਗੋਸ਼ਤ ਚਾਹੀਦਾ? ਆਹੋ। ਇਹ ਤਾਂ ਕਿਹੜਾ ਗੋਸ਼ਤ ਚਾਹੀਦਾ? ਉੱਠ ਦਾ ਕਿਹੜਾ ਉੱਠ ਦਾ ਤੁਹਾਨੂੰ ਉਹ ਦਿਆਂ, ਜਰਾ ਮਿੰਟ ਬਾਅਦ ਉੱਠਦਾ। ਊਂਠ ਊਂਠ ਦਾ, ਊਂਠ ਦਾ, ਊਂਠ, ਸਮਝਦੇ ਤੁਸੀਂ ਗਏ ਹੀ ਹੋ। ਉਹ ਸਮਝ, ਬੜਾ ਅੱਛਾ ਗੋਸ਼ਤ ਹੁੰਦਾ ਹੈ, ਊਂਠ, ਤਾਕਤਵਰ, ਤਾਕਤ ਆਉਂਦੀ ਉਹਦੇ ਨਾਲ। ਏਡਾ ਪਾਗਲ ਤਾਰਕ ਜੀ ਦੇ ਸ਼ੋਅ ਤੇ ਚਲਾ ਗਿਆ, ਕਿ ਕੌਣ ਸਾ ਜਾਨਵਰ ਹੈ ਜਿਸਕੇ ਮੂੰਹ ਮੇਂ ਦਾਂਤ ਲੁੱਟ ਕੇ ਕਹਿੰਦਾ ਮੇਰੀ ਦਾਦੀ। ਓਏ, ਮੇਰੇ ਅੱਬੂ ਦੀ ਅੰਮੀ ਨੂੰ ਜੁਗਤ ਕਰਤੀ, ਅੰਮੀ ਦੇ ਆ ਬੱਚੇ ਆ। ਇਹਨੂੰ ਪੁਲਿਸ ਵਾਲੇ ਨੇ ਰੋਕਿਆ, ਕਹਿੰਦਾ ਤੇਰਾ ਅੱਬਾ ਹੀ ਕਰਦਾ, ਕਹਿੰਦਾ ਮੈਂ ਛੇਤੀ ਸੌ ਜਾਂਦਾ। ਹਕਮਤ ਛੇਤੀ ਸੌਵੋ, ਬੰਦਾ ਫਰੈਸ਼ ਹੋ ਜਾਂਦਾ। ਮੰਜੇ ਤੇ ਲੰਮੇ ਪੈ ਜਾਂਦੇ ਹੋ, ਪੈ ਜਾਂਦਾ ਸੁੱਤੇ ਮਾਂ ਪੇ ਤੇ ਛਾਪਾ ਪਵਾਣਾ ਲਿਆ, ਪੈ ਜਾਂਦਾ। ਏਡਾ ਪਾਗਲੇ ਦੀ ਬੁੱਢੀ ਮੋਟੀ, ਆਪਣੇ ਬੁੱਢੀ ਨੂੰ ਕਹਿੰਦਾ ਰੱਸਾ ਟੱਪਿਆ ਕਰ, ਚਾਰ ਦਿਨ ਰੱਸਾ ਟੱਪੀ, ਪੰਜਵੇਂ ਦਿਨ ਕੰਧ ਹੀ ਟੱਪ ਗਏ। ਇਹ ਆਪਣਾ ਦੱਸ, ਇਹਨੇ ਆਪਣੇ ਪਿਓ ਤੇ ਪਰਚਾ ਕਰਾਤਾ। ਮੈਂ ਕਿਹਾ ਇਹਨੇ ਪਰਚਾ ਕਰਾਇਆ? ਕਹਿੰਦਾ ਮੈਨੂੰ ਵੇਖਣ ਨਹੀਂ ਦਿੰਦਾ। ਇਹਨੂੰ ਕੀ ਵੇਖਣ ਦੇ ਬੱਚਾ ਹਲਿਆ, ਜਿਹੜੀਆਂ ਫਿਲਮਾਂ ਵੇਖ ਰਿਹਾ ਮਾਂ ਪਿਓ ਨਹੀਂ ਵੇਖਣ ਦਿੰਦੇ। ਡਾਕਟਰ ਕੋਲ ਗਿਆ, ਡਾਕਟਰ ਸਾਹਿਬ ਮੇਰਾ ਪੇਟ ਖਰਾਬ ਨੇ, ਕਹਿੰਦੇ ਨਰਮ ਮਜ਼ਾਕ ਆ, ਅੰਨੀ ਦਾ ਦਰਦ ਪੈਂਪਰ ਖਾ ਗਿਆ। ਅੱਛੀ ਡਾਕਟਰ, ਇਹ ਵੀ ਦੰਦਾਂ ਵਾਲੇ ਡਾਕਟਰ ਨੂੰ ਜਾ ਕੇ ਨਾ, ਡਾਕਟਰ ਸਾਹਿਬ ਇਹ ਵੇਖਣਾ ਮੇਰੀ ਦਾੜ੍ਹ 'ਚ ਕੀੜਾ। ਉਹਨੇ 10 ਘੰਟਾ ਬੈਟਰੀਆਂ ਮਾਰ ਕੇ ਵੇਖਿਆ, ਉਹਨੇ ਕਿਹਾ ਕਾਕਾ ਕੀੜਾ ਹੈ, ਤੂੰ ਜਗ੍ਹਾ ਨਹੀਂ ਸਹੀ ਦੱਸਣ ਡਿਆ, ਕੰਨ 'ਚ ਸੀ, ਕੰਨ 'ਚ। ਸੱਚੀ ਭੈਣ ਨੂੰ ਕੋਈ ਦਾਹ ਕਰਾਉਣ ਚਲਾ ਗਿਆ, ਭੈਣ ਤੇ ਆ ਗਿਆ ਅੰਨੀ ਦੇ, ਕਹਿੰਦਾ ਭੈਣਾ ਕੁਛ ਬਣ ਕੇ ਨਿਕਲੀ, ਦੋ ਬੱਚਿਆਂ ਦੀ ਮਾਂ ਬਣ ਕੇ ਨਿਕਲੀ। ਮੈਂ ਸਦਕੇ ਜਾਵਾਂ, ਆਪਣਾ ਤੈਨੂੰ ਪਤਾ ਜਨਾਬ, ਮੈਨੂੰ ਵੀ ਕੋਈ ਗੁਰਦੇ ਕਪੂਰੇ ਦੇ ਦਿਓ। ਕੀ ਗੁਰਦੇ ਕਪੂਰੇ ਦੇ ਦਿਓ? ਜਿਹੋ ਜਿਹਾ ਤੁਹਾਡਾ ਮੂੰਹ ਹੈ, ਮੇਰਾ ਦਿਲ ਕਰਦਾ ਤੁਹਾਨੂੰ ਪੂਰਾ ਸੈੱਟ ਦਿਆਂ। ਉਹ ਤੁਹਾਨੂੰ ਗੁਰਦੇ ਕਪੂਰੇ ਫਿਫਰੇ ਵਿੱਚ ਹੀ, ਅੱਲਾ ਖੈਰ, ਅੱਲਾ ਖੈਰ, ਅੱਲਾ ਖੈਰ, ਪੂਰਾ ਸੈੱਟ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹਨੇ ਮੁਲਤਾਨ ਦੀ ਟਿਕਟ ਲਈ ਸੀ, ਇੱਧਰ ਨੂੰ ਆ ਗਿਆ ਜੀ, ਪੂਰਾ ਸੈੱਟ ਦਿਓਗੇ? ਹਾਂਜੀ ਮਾਸ਼ਾ ਅੱਲਾਹ, ਤੁਹਾਡੇ ਬਾਰੇ ਸਭ ਖੁਸ਼ ਰਹੇ ਨੇ? ਨਹੀਂ, ਮੂੰਹ ਤੁਹਾਡਾ ਕਿਉਂ ਗੁਰੂਆਂ ਤਰ੍ਹਾਂ ਹੈ? ਮੈਂ ਤੇਰੀ ਗੱਲ ਦਾ ਗੁੱਸਾ ਨਹੀਂ ਕਰਨਾ। ਕਿਉਂ ਜੀ? ਕਿਉਂਕਿ ਤੂੰ ਮੇਰੀ ਮਸ਼ੂਕ ਦਾ ਮੁੰਡਾ ਹੈ। ਅੱਛਾ 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 ਅੱਛਾ, ਮੈਂ ਅਸਲਾਮ ਅਲੈਕਮ ਭਾਈ ਜੀ ਤੁਹਾਰੇ, ਬਸ ਵੀ ਤੇਰੀ ਮੈਂ ਤੇਰੀ ਉਹ ਕੱਚੇ ਕੱਚੇ ਤੋੜੀ ਜਾਣਦੇ ਮਰੋ। ਮਾਸ਼ਾ ਅੱਲਾਹ, ਪੰਜਾਬ 'ਚ ਕਿੰਨੇ ਦਰਿਆ ਨੇ? ਬੜੇ। ਨਹਿਰਾਂ ਕਿੰਨੀਆਂ? ਬੜੀਆਂ। ਟੂਟੀਆਂ ਕਿੰਨੀਆਂ? ਬੜੀਆਂ। ਤੂੰ ਫੇਰ ਨਹੀਂ ਨਹਾਉਂਦਾ ਮਰੇ? ਕੀ ਫਿਰਨ ਡੇ? ਹਲੋ, ਉਹਦੇ ਖੰਬੇ ਕਿੰਨੇ ਨੇ? ਖੰਬੇ ਬਹੁਤ। ਕਿੰਨੀਆਂ ਤਾਰਾਂ ਨੇ? ਤਾਰਾਂ ਵੀ ਬਹੁਤ। ਰਾਤ ਕਿਤੇ ਨਹੀਂ ਪੈਂਦਾ? ਬੱਬਾ ਹੈਂ। ਹਲੋ, ਉਹ ਕਿੰਨੇ ਟਰੱਕ ਚੱਲਦੇ ਨੇ? ਟਰੱਕ ਬਹੁਤ ਚੱਲਦੇ। ਕਿਹ ਕੋਈ ਥੱਲੇ ਨਹੀਂ ਦਿੰਦਾ? ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ ਯਾਰ। ਓਏ ਲੋਰ, ਕਿੰਨੇ ਮਰਦ ਨੇ? ਬੜੇ। ਤੈਨੂੰ ਕਿਧਰੇ ਅੱਬਾ ਨਹੀਂ ਲੱਭਦਾ?
ਲੋਰਜ ਕਿੰਨੇ ਮੁੰਡੇ ਕਵਾ ਰਹੇ ਨੇ ਜਿਨ੍ਹਾਂ ਦੇ ਪਿਓ ਨਾ ਜਿਨ੍ਹਾਂ ਦੇ ਪਿਓ ਤੇਰੀ ਭੈਣ ਹੀ ਕਿੱਡਦਾ ਤੇ ਚੱਲ ਤੇ ਜਵਾਬ ਤੇ ਓ ਨਹੀਂ ਦੇ 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 ਪਿਓ ਦਾ ਤੇ ਕੈਸੀ ਕੱਢੀ ਉਹਨੇ ਲੱਡਣ ਦੇ ਬੋਲਿਆ ਕਰੋ ਆਖਰੀ ਸਾਹ ਤੇਰਾ ਨਿਕਲ ਜਾਏ ਆਰਾਮ ਨਾਲ ਨਾ ਨਾ ਪਲੀਜ਼ ਕੁਛ ਆਉਂਦਾ ਜੇ ਮਾੜੀ ਜੇ ਗਾਣਾ ਬਦਲੋ ਗੱਲ ਕਰੀ ਦੀ ਪਾਕਿਸਤਾਨ ਕੁਛ ਨੀ ਸਾਨੂੰ ਸੱਤੇ ਹੀ ਖੈਰਾਂ ਨੇ ਜਿਸ ਚੀਜ਼ ਦੀ ਬੁਨਿਆਦ ਕਲਮਾ ਪਾਕ ਹੋਵੇ ਉਹਨੂੰ ਕੀ ਹੋਣਾ ਕੋਈ ਬਾਤ ਨਹੀਂ ਇਹ ਅਪ ਡਾਊਨ ਚੱਲਦੇ ਨੇ ਜਿੰਨੀ ਦੇਰ ਵੀ ਹੋ ਗਈ ਪਾਕਿਸਤਾਨ ਨੂੰ ਬਣਿਆ ਵੇਖ ਕੈਸਾ ਕਰਮ ਹੈ ਇਹਦੇ ਤੇ ਕੀ ਅੱਲਾ ਦੀ ਰਹਿਮਤ ਹੈ ਜਿਹੜਾ ਆਇਆ ਉਹਨੇ ਇਹਨੂੰ ਖਾਧਾ ਇਹ ਮੁੱਕਣ ਹੀ ਨਹੀਂ ਡਿਆ ਮਰੇ ਮਾਂ ਘੁਮਾਉਣੇ ਸਾਲੇ ਕਬਲ ਹੋ ਗਈ ਤੈਨੂੰ ਸਾਲੇ ਸਿੱਧਾ ਕਿਆ ਸਿਰੀ ਪਾਵੇ ਸਿਰੀ ਹੁਣ ਮਰ ਗਿਆ ਮਰੇ ਸਿਰੀ ਪਾਵੇ ਜਾਓ ਬਾਹਰ ਨਿਕਲੋ ਪਿੱਛੇ ਹੀ ਬੋਲੀ ਜਾਣ ਦੇ ਨਿਕਲੋ ਜੀ ਗੋਸ਼ਤ ਮਿਲਿਆ ਜੀ ਦੋਸਤੋ ਘਬਰਾ ਕੇ ਗਏ ਹੋਗੀ ਨਹੀਂ ਭਾਜੀ ਨੇ ਵੈਸੇ ਇਹ ਗੱਲ ਗਲਤ ਆਪਣੇ ਮਹੱਲੇ ਚ ਨੌ ਨੌ ਦਿਨ ਵੇਖੀਆਂ ਨੇ ਤੁਸੀਂ ਤੇ ਸਾਡੇ ਕੋਲ ਵੀ ਅੱਧਾ ਘੰਟਾ ਨਹੀਂ ਵੇਖ ਸਕਦੇ ਤੁਸੀਂ ਕੀ ਬਕਵਾਸ ਹੈ ਇਹਦੀ ਇੱਜ਼ਤ ਕਰੋ ਇਸ ਹਾਲ ਦੀ ਬਚ ਗਈ ਜੇ ਨਾਲੇ ਦੋਸਤੋ ਇੱਕ ਛੋਟਾ ਜਿਹਾ ਮੈਸੇਜ ਜਿਹੜੀਆਂ ਬਾਹਰ ਤੁਸੀਂ ਪੋਸਟਰ 'ਚ ਕੁੜੀਆਂ ਵੇਖ ਕੇ ਆਏ ਹੋ ਸਾਰੀਆਂ ਹੀ ਹੈ ਇਹ ਉਹਨਾਂ ਲਈ ਮੰਗਾਈ ਜਿਹਨਾਂ ਨੂੰ ਸ਼ੂਗਰ ਹੈ ਬਦਤਮੀਜ਼ੀ ਨਹੀਂ ਕਰਨੀ ਮੇਰੀ ਇੱਜ਼ਤ ਕਰਿਆ ਕਰ ਬਦਤਮੀਜ਼ੀ ਕਰਨੀ ਸਾਰੀਏ ਪੈਸੇ ਨਹੀਂ ਲੈਂਦੀ ਉਦੋਂ ਤੇ ਲੱਖ ਰੁਪਏ ਦੀ ਮੰਗ ਲਈ ਜਿਵੇਂ ਦਿਲ ਦੀ ਡਾਕਟਰ ਹੈ ਤੂੰ ਬਰੇ ਆਫਤਾਬ ਭਾਈ ਤੇ ਕੈਮਰੇ 'ਚ ਨਹੀਂ ਪੂਰੀ ਆਣ ਡਈ ਤੂੰ ਉਹਨੂੰ ਜ਼ੂਮ ਖੋਲਣਾ ਪੈ ਗਿਆ ਉਹ ਤੁਹਾਡੀ ਭੈਣ ਨੂੰ ਇਹਨੂੰ ਤਾਂ ਵਾਈਟ ਐਂਗਲ ਨੇ ਕਵਰ ਕਰਨਾ ਜੇ ਬਹੁਤਾ ਫ੍ਰੀ ਨਹੀਂ ਹੋਣਾ ਤੂੰ ਨੌਕਰ ਹੈ ਤੇ ਨੌਕਰ ਹੀ ਰੋ ਡਾਕਟਰ ਡਾਕਟਰ ਹੁੰਦਾ ਬੜਾ ਅੱਛਾ ਬੰਦਾ ਹੈ ਜਿਵੇਂ ਦਿਲ ਦਾ ਡਾਕਟਰ ਹੁੰਦਾ ਨਾ ਜਿਹੜਾ ਹਾਂ ਹਾਂ ਦੋ ਕਿਸਮ ਦੇ ਡਾਕਟਰ ਹੁੰਦੇ ਨੇ ਅੱਛਾ ਇੱਕ ਹੁੰਦਾ ਡਾਕਟਰ ਜਿਹੜਾ ਨਬਸ ਵੇਖ ਕੇ ਦਵਾਈ ਦਿੰਦਾ ਹਾਂ ਇੱਕ ਹੁੰਦਾ ਸਰਜਨ ਹਾਂ ਜਿਹੜਾ ਆਪਰੇਸ਼ਨ ਕਰਦਾ ਅੱਛਾ ਹਾਂ ਸਰਜਨ ਬੜਾ ਅੱਛਾ ਸ਼ੋਭ ਹੈ ਹਾਂ ਇਹ ਸਾਰਾ ਕੰਮ ਹੀ ਸਰਜਨ ਦਾ ਇਹ ਆਪਰੇਸ਼ਨ ਥੀਏਟਰ ਦੇ ਅੰਦਰ ਚਲਾ ਜਾਂਦਾ ਅੱਛਾ ਇਹਦੇ ਨਾਲ ਹੁੰਦੇ ਨੇ ਦੋ ਅਸਿਸਟੈਂਟ ਫਿਰ ਉਹ ਬਾਹਰ ਹੀ ਵੇਟ ਕਰਦੇ ਨੇ ਉਹ ਨਾਲ ਨਹੀਂ ਜਾਂਦੇ ਅੰਦਰ ਉਹ ਕੰਮ ਸਰਜਨ ਦਾ ਹੀ ਹੁੰਦਾ ਨਾ ਆਪਰੇਸ਼ਨ ਥੀਏਟਰ ਛੋਟਾ ਹੁੰਦਾ ਹੈ ਨਾ ਸਿਰਫ ਸਰਜਨ ਤੇ ਜਿਸ ਸਰਜਨ ਦੇ ਅਸਿਸਟੈਂਟ ਠੀਕ ਹੋਣ ਨਾ ਉਹ ਹੀ ਆਪਰੇਸ਼ਨ ਸਹੀ ਕਰਦਾ ਇਹ ਸਰਜਨ ਹੁੰਦਾ ਹੀ ਅਸਿਸਟੈਂਟ ਦੇ ਸਿਰ ਤੇ ਵੀ ਅੱਛਾ ਉਹ ਕਿਸ ਤਰ੍ਹਾਂ ਬਈ ਸਾਰਾ ਕੰਮ ਅਗਰ ਸਰਜਨ ਕਦੀ ਲੇਟ ਹੋ ਜਾਵੇ ਅਸਿਸਟੈਂਟ ਬੂਹਾ ਖੜਕਾਉਣ ਲੱਗ ਪੈਂਦੇ ਨੇ ਸਰ ਬੂਹਾ ਖੋਲੋ ਸਰ ਬੂਹਾ ਖੋਲੋ ਸਰ ਬੂਹਾ ਖੋਲੋ ਅੱਛਾ ਉਹ ਫਿਰ ਸ਼ੋਰ ਪਾਉਂਦੇ ਨੇ ਆ ਤੁਹਾਨੂੰ ਤੇ ਪਤਾ ਹੀ ਹੈ ਕੀ ਮੈਨੂੰ ਪਤਾ ਹੈ ਕਿ ਅਸਿਸਟੈਂਟ ਕੀ ਹੁੰਦਾ ਹੈ ਡਾਕਟਰ ਸਰਜਨ ਕੀ ਹੁੰਦਾ ਹੈ ਨਹੀਂ ਪਤਾ ਨਾ ਨਹੀਂ ਤੈਨੂੰ ਤੇ ਪਤਾ ਹੈ ਸਾਰਾ ਮਰਨੀ ਹੈ ਕਿੰਨੇ ਵਾਲ ਖੁੱਲੇ ਛੱਡੇ ਕਿਸੇ ਮਲੰਗ ਨਾ ਫਸੀ ਇਹ ਲਾਹੌਰ ਸ਼ਹਿਰੀ ਇੱਥੋਂ ਦੇ ਮਲੰਗ ਨਾ ਫਸੀ ਕਿਉਂ ਅੱਧਾ ਕੱਛਾ ਪਾ ਕੇ ਅੰਨੇ ਵਾਹ ਧਮਾਲ ਪਾਉਂਦੇ ਨਹੀਂ ਉੱਤੋਂ ਬੂਟੀ ਪੀਂਦੇ ਨਹੀਂ
ਇਹ ਬੂਟੀ ਕੀ ਹੁੰਦੀ? ਬੂਟੇ ਤੇ ਘਾੜ ਵਾਲੀ ਬੂਟੀ ਹੁੰਦੀ ਹੈ, ਰਗੜ ਕੇ ਪੀਣ ਵਾਲੀ। ਕਿਸ ਤਰ੍ਹਾਂ? ਐਡੀ ਹੁੰਦੀ ਡੋਰੀ। ਹਾਂ ਮਲੰਗ ਬੋਤੇ ਹੁੰਦੇ ਫਿਰ ਡੋਰੀ ਵੱਡੀ ਲਿਆਣੀ ਪੈਂਦੀ ਹੈ। ਐਡਾ ਕੁੰਡਾ ਡੰਡਾ, ਅੱਛਾ, ਵਿੱਚ ਬੂਟੀ ਸੁੱਟੀ ਦੀ ਹੈ, ਉੱਤੇ ਰੱਖੀ ਦਾ ਡੰਡਾ, ਡੰਡੇ ਪਿੱਛੇ ਹੁੰਦੇ ਨੇ ਦੋ ਘੁੰਗਰੂ, ਅੱਛਾ, ਉਹ ਡੰਡੇ ਦੀ ਡੈਕੋਰੇਸ਼ਨ ਹੁੰਦੀ ਹੈ। ਜਦੋਂ ਡੋਰੀ ਚ ਰੱਖ ਕੇ ਡੰਡਾ ਚ ਘੁਮਾਓ, ਘੁੰਗਰੂ ਪਿੱਛੋਂ ਕਰਦੇ ਨੇ ਛਨਕ 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 ਛਨਕ। ਮਲੰਗਾਂ ਚ ਵੀ ਕੁਆਲਿਟੀ ਹੁੰਦੀ ਹੈ, ਕੁਛ ਹੁੰਦੇ ਨੇ ਬੇਸਬਰੇ ਮਲੰਗ, ਉਹ ਡੰਡਾ ਰੱਖ ਕੇ ਡੋਰੀ ਤਕੜਦਾ 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 ਤਕੜਦਾ, ਨਾ ਨਾ ਨਾ। ਬੂਟੀ ਹੁੰਦੇ ਨੇ ਸਕੂਨ ਨਾਲ ਕੋਟਣ ਦੇ ਮਲੰਗ, ਠੀਕ ਹੈ, ਬੂਟੀ ਛਾਣ ਕੇ ਵਿੱਚ ਸੁੱਟੀ, ਡੰਡਾ ਰੱਖ ਕੇ ਆਰਾਮ ਆਰਾਮ ਨਾਲ ਗੁੜੁੱਪ 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 ਬੈਠੋ ਬੈਠੋ ਦੋਸਤੋ, ਬੂਟੀ ਰਗੜੀ ਜਾ ਰਹੀ। ਆ ਜਾਓ ਬੈਠੋ ਬੈਠੋ ਬੈਠੋ। ਆਈ ਲਵ ਯੂ ਆਲ, ਬੱਬਰ ਸ਼ੇਰ ਚੀਤੇ। ਇਹ ਲੇਟ ਆਣਾ ਹਮਾਰਾ ਹੋਬੀ ਹੈ। ਹਾਂ ਯਮਾਮ, ਆਈ ਲਵ ਯੂ। ਮੈਂ ਸਿਰਫ ਦੋਸਤਾਂ ਨੂੰ ਦੱਸ ਦਿਆ, ਭਾਵੇਂ ਦੋ ਗਾਣੇ ਲੰਘ ਚੁੱਕੇ ਨੇ, ਕੁੜੀ ਦੀ ਮਾਂ ਪੈਸੇ ਲੈਣ ਆਈ। ਕੜੋਲ ਲੈਣੀ ਦੀ ਏ, ਲੱਗੀਆਂ ਤੇ ਕੜੋਲ ਵਖੜੇ, ਤੂੰ ਲੰਘ ਜਾ ਸਾਡਾ ਕੜੋਲ ਲੈ, ਚੱਲਣੇ ਵਾਲੇ ਕਾ ਕੜੋਲ ਲਗਾ ਲਾ। ਤੂੰ ਇੰਨਾ ਹੀ ਗੁੱਸਾ ਕਰ ਗਿਆ, ਮੈਂ ਤੇ ਤੈਨੂੰ ਪਿਆਰ ਨਾਲ ਕਿਹਾ ਸੀ। ਪਿਆਰ ਨਾਲ ਕਿਹਾ ਸੀ ਤੇ ਮੈਂ ਤੇ ਤੈਨੂੰ ਉਧਰ ਆ ਕੇ ਖਲੋ। ਹਾਂ ਇਹ ਸੈਂਟਰ 'ਚ ਖਲੋਈਦਾ, ਇੱਥੇ ਸੈਂਟਰ ਠੀਕ ਹੁੰਦਾ, ਤੇ ਤੂੰ ਕਿਉਂ ਸਾਈਡ ਤੇ ਖਲੋਤਾ? ਸੈਡਾਂ ਵੀ ਚੱਲਦੀਆਂ। ਹਾਂ ਸੈਡਾਂ ਨਹੀਂ ਚੱਲਦੀਆਂ, ਮਰਨੀ ਹੈ। ਕਿੰਨੇ ਭੈਣ ਭਰਾ? ਕੱਲੀ ਆ ਹੈ, ਮੈਂ ਕੱਲੀ ਆ। ਅਗਰ ਤੂੰ ਕੱਲੀ ਨਾ ਨਾ ਹੁੰਦੀ, ਤੁਹਾਡੇ ਘਰ 12 ਭੈਣ ਭਰਾ ਹੋਣੇ ਸਨ। ਮਰਨੀ ਹੈ, ਸਾਰਿਆਂ ਦਾ ਮਟੀਰੀਅਲ ਖਾ ਗਈ ਹੈ ਤੂੰ। ਤੇਰਾ ਪੇੜਾ ਤਰਜੇ, ਤੇਰਾ ਪਿਓ ਇੰਜੀਨੀਅਰ ਹੈ। ਹਾਂ ਵੇਖ ਦੋ ਪਿਲਰਾਂ ਤੇ ਕਿੱਡਾ ਪਲਾਜ਼ਾ ਖੜਾ ਕੀਤਾ ਉਹਨੇ, ਅੱਧਾ ਟੋਰ ਕੇ ਵਹਾਈ। ਉਹ ਤੇਰੀ ਉਹ ਭੈਣ ਨੂੰ ਮੇਰੀ ਦਿਲਚਾਤੀ ਅੱਜ ਪਈ ਹੈ। ਵਾਹ ਨੀ ਵਾਹ, ਕੀ ਹੋਇਆ? ਦਾ ਦੀ ਕਸਮ, ਏਡਾ ਥੜਾ ਮੇਰੇ ਕੋਲ ਨਾ, ਮੈਂ ਉੱਤੇ ਬਰਫ਼ ਲਾ ਲੈਣੀ ਸੀ। ਸਾਰੇ ਮੈਨੂੰ ਪੁੱਛਦੇ ਨੇ, ਸਾਹ ਭਰੀ ਵੀ ਮੈਨੂੰ, ਤੁਸੀਂ ਵੀ ਮੈਨੂੰ ਪੁੱਛਿਆ ਕਰੋ। ਮੁਲਾਜ਼ਮ ਆ ਤੁਸੀਂ, ਤੁਹਾਨੂੰ ਹੀ ਪੁੱਛਣਾ, ਕਿਹਨੂੰ ਪੁੱਛਾਂ ਮੈਂ? ਚਾਹ ਨੀ ਮਿਲੀ ਤੇ ਉਹ ਨੀ ਮਿਲਿਆ, ਚਾਹ ਦਾ ਘੁੱਟ ਨੀ ਦਿੱਤਾ ਸਵੇਰ ਦਾ, ਦੁੱਧ ਨੀ ਹੈਗਾ। ਝੂਠ ਬੋਲਣਾ? ਝੂਠ ਬੋ, ਤੁਹਾਨੂੰ ਪਰਸੋਂ ਹਕੀਮ ਨੇ ਕਿਹਾ ਡੱਬੇ ਦਾ ਪੀਆ ਕਰੋ, ਡੱਬੇ ਦਾ ਪੀਓ ਕਰੋ, ਡੱਬੇ ਦਾ ਹੋਵੇ ਖੁੱਲਾ ਹੋਵੇ, ਚਾਹ ਦਾ ਘੁੱਟ ਦਿਓ ਮੈਨੂੰ। ਦੁੱਧ ਕਿਉਂ ਨਹੀਂ ਹੈਗਾ? ਦੁੱਧ ਖਤਮ ਹੋ ਗਿਆ। ਕਿੱਥੇ ਗਈ ਹੈ? ਬਿੱਲੀ ਪੀ ਗਈ ਹੈ। ਤੇ ਤੈਨੂੰ ਕਿੰਨੀ ਵਾਰੀ ਕਿਹਾ ਕੱਪੜੇ ਪਾ ਕੇ ਸੋਇਆ ਕਰ, ਪਤੀਲੀਆਂ ਦੇ ਉੱਤੇ ਕੱਪੜੇ ਪਾ ਲਿਆ ਕਰ, ਬਿੱਲੀ ਉਧਰ ਨੂੰ ਨਹੀਂ ਆਉਂਦੀ, ਸਮਝ ਬੱਚਾ। ਭੁੱਲ ਗਈ ਸੀ ਤੂੰ, ਭੁੱਲ ਗਈ ਸੀ। ਇੱਥੇ ਗੱਲਾਂ ਕਰਨ ਡਿਆ, ਲਵ ਸ਼ੁਰੂ ਕੀਤਾ ਇੱਥੇ, ਲਵ ਸ਼ੁਰੂ ਕੀਤਾ ਇੱਥੇ। ਮੇਰੇ ਪਿੱਛੇ ਪੈ ਰਹਿੰਦੇ 24 ਘੰਟੇ, ਸਾਰਾ ਘਰ ਦਾ ਮੇਰੇ ਪਿੱਛੇ ਪੈ ਰਹਿੰਦੇ ਨੇ। ਬੀਬੀਆਂ ਦਾ ਕੰਮ ਮੈਂ ਕਰਾਂ, ਸਾਫਾ ਦਾ ਕੰਮ ਮੈਂ ਕਰਾਂ, ਬਾਹਰ ਦਾ ਕੰਮ ਮੈਂ ਕਰਾਂ, ਅੰਦਰ ਦਾ ਕੰਮ ਮੈਂ ਕਰਾਂ, ਤੁਹਾਡੇ ਸਾਰੇ ਕੰਮ ਮੈਂ ਕਰਾਂ, ਤੁਹਾਡੇ ਬੱਚੇ ਮੈਂ ਜੰਮਾ, ਹੱਦ ਹੋ ਗਈ ਯਾਰ। ਬੱਚੇ ਤੂੰ ਜੰਮੇ, ਤੇਰਾ ਨਾਮ ਬਲਕੀਸ ਬੇਗਮ ਓਏ, ਬਲਕੀਸ ਬੇਗਮ ਓਏ। ਮੁਲਾਜ਼ਮ ਹੈ ਤੂੰ, ਨੌਕਰ ਹੈ, ਕੰਮ ਤੈਨੂੰ ਹੀ ਕਰਨੇ ਪੈਣੇ ਨੇ। ਤੇ ਨੌਕਰਾਂ ਦੇ ਕੀ ਹੈ? ਨੌਕਰ ਨਹੀਂ ਰੋਟੀ ਖਾਂਦੇ, ਅਸੀਂ ਵੀ ਕਣਕ ਖਾਂਦੇ ਹਾਂ, ਸਾਡੇ ਵੀ ਲੂਲੂ ਕੰਡੇ ਖੜੇ ਹੁੰਦੇ ਨੇ, ਇਹ ਵੇਖੋ ਇਹ ਇੱਥੋਂ ਹੀ ਖੜੇ ਹੁੰਦੇ ਨੇ ਕਿ ਅੱਗੋਂ ਪਿੱਛੋਂ ਹੁੰਦੇ ਨਹੀਂ।
ਸੌਂਦੇ ਨੇ ਸਾਰੇ ਮੈਨੂੰ ਕਹਿੰਦੇ ਉਤੋਂ ਮੈਂ ਤੁਹਾਡੇ ਘਰ ਇਹਨਾਂ ਜੇ ਅਸਾਂ ਤੁਹਾਡੇ ਘਰ ਆਇਆ ਵੱਡਾ ਹੋ ਕੇ ਹੁਣ ਮੇਰਾ ਵਿਆਹ ਕਰ ਦਿਓ ਵਿਆਹ ਕਰ ਦਿਓ ਤੇਰਾ ਸਾਰੇ ਬੱਚਿਆਂ ਦਾ ਤੁਸੀਂ ਵਿਆਹ ਕਰ ਲਿਆ ਮੈਂ ਵੀ ਤੁਹਾਡੇ ਪੁੱਤਰਾਂ ਵਰਗਾ ਹੀ ਆ ਸਰ ਮੇਰਾ ਪਿਓ ਨਹੀਂ ਨਾ ਹੈਗਾ ਤਾਂ ਮੇਰਾ ਵਿਆਹ ਨਹੀਂ ਹੋਣ ਡਿਆ ਜਿਨ੍ਹਾਂ ਦੇ ਮਾਂ ਪਿਓ ਹੋਣ ਉਹਨਾਂ ਦੇ ਵਿਆਹ ਇੰਜ ਹੁੰਦੇ ਨੇ ਹਰ ਬੰਦਾ ਮੈਨੂੰ ਯਤੀਮ ਸਮਝਦਾ ਸਾਹਿਬ ਜੀ ਤੁਸੀਂ ਵੀ ਮੈਨੂੰ ਯਤੀਮ ਸਮਝਦੇ ਮੈਂ ਯਤੀਮ ਆ ਤੇ ਕੀ ਹੋਇਆ ਸਾਹਿਬ ਜੀ ਨਹੀਂ ਯਾਰ ਤੇਰੀ ਯਤੀਮੀ ਅੱਜ ਤੋਂ ਕੱਟੀ ਗਈ ਉਹ ਕਿਵੇਂ ਸਾਹਿਬ ਜੀ ਮਾਂ ਜੀ ਹੁੰਦੀ ਓਏ ਪਰ ਮਾਰਾ ਨਹੀਂ ਮਾਂ ਦੇ ਆ ਬੱਚੇ ਆ ਸਾਰੇ ਆ ਮੇਰੇ ਆ ਨਖੱਤੀ ਮਾਂ ਦੇ ਤੇਰੀ ਭੈਣ ਕਢਾਵਾ ਜੀ ਤੋਂ ਪਾਕਿਸਤਾਨ ਚੋਂ ਆ ਨਹੀਂ ਜੀ ਤੋਂ ਪਾਕਿਸਤਾਨ ਚ ਤੁਹਾਡੀ ਵਾਵਾ ਵਾਕਫੀਅਤ ਹੈ ਵਾਵਾ ਵਾਕਫੀਅਤ ਉਹ ਤੇਰੀ ਭੈਣ ਦੀ ਆਵਾਜ਼ ਹੀ ਤੇ ਆਉਂਦੀ ਆ ਪਿੱਛੋਂ ਲੇ 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 ਅੰਤਰੀ ਮਾਂ ਦਾ ਬੱਚਾ ਤੇਰੀ ਮਾਂ ਦਾ ਬੱਚਾ ਤੇਰੀ ਯਤੀਮੀ ਕੱਟਣ ਡਿਆ ਮੈਂ ਮਾਲਕੋ ਮੇਰੇ ਨੌਕਰ ਮੈਂ ਤੁਹਾਡਾ ਮੇਰੇ ਨਾਲ ਉਦਾਸ ਚ ਰਿਆ ਕਰੋ ਮਾਂ ਹੀ ਵਹਾ ਦੇ ਕਿੱਥੇ ਹੀ ਮਾਂ ਸਾਹਿਬ ਜੀ ਅਸੀਂ ਗੈਰਤਮੰਦ ਲੋਕ ਅਸੀਂ ਨਹੀਂ ਮਾਵਾਂ ਸਾਹਮਣੇ ਲਿਆਂਦੇ ਚੱਲ ਉਹਦਾ ਕੋਈ ਪੁਰਾਣਾ ਕੱਪੜਾ ਹੀ ਵਹਾ ਦੇ ਅਫਰੀਕਾ ਚ ਰਹਿੰਦੀ ਪੱਤੇ ਬੰਨਦੀ ਜੇ ਇੱਕ ਪੱਤਾ ਹੀ ਲਾ ਲਿਆ ਮੈਂ ਬੈਠਾ ਕੱਥਾ ਲਾਉਂਦਾ ਰਵਾਂ ਅੱਗ ਲੱਗੀ ਸਾਰੇ ਹੀ ਸੜ ਗਏ ਨੇ ਓਏ ਉਹ ਸਵਾਹ ਹੀ ਲੈ ਆ ਮੈਂ ਮਲ ਕੇ ਬੈਠਾ ਰਵਾਂ ਮੈਂ ਸੱਤਾਂ ਚੁੱਲ੍ਹਿਆਂ ਦੀ ਸਵਾਹ ਤੁਹਾਡੇ ਸਿਰ ਚ ਨਾ ਪਾਵਾਂ ਸਾਹਿਬ ਜੀ ਉਹ ਤੇ ਪੈ ਹੀ ਜਾਣੀ ਹੈ ਤੂੰ ਲੈ ਤੇ ਆ ਸਾਹਿਬ ਜੀ ਮੈਂ ਨੌਕਰ ਆ ਤੁਹਾਡਾ ਤੇ ਮੈਨੂੰ ਜ਼ਬਾਨ ਖੋਲਣ ਤੇ ਮਜਬੂਰ ਨਾ ਹੀ ਕਰੋ ਚੰਗਾ ਜੇ ਆ ਤੇਰੀ ਯਤੀਮੀ ਦੂਰ ਕਰਨ ਦਿਆ ਮੈਂ ਮਰਨ ਦੇ ਅਸੀਂ ਯਤੀਮੀ ਨੂੰ ਮੈਂ ਯਤੀਮ ਹੀ ਠੀਕ ਆ ਯਤੀਮੀ ਦੂਰ ਕਰ ਰਵਾਂ ਮਾਂ ਨੇੜੇ ਕਰ ਦਵਾਂ ਵਾ ਸੌਂਦੀ ਕੱਲੀ ਹੂ ਐ ਲੈ ਭੜ ਬਹੁਤ ਅੱਛੇ ਨਹੀਂ ਨਹੀਂ ਪੂਰੀ ਕ੍ਰਿਕਟ ਟੀਮ ਨਾਲ ਸੌਂਦੀ ਉਹਦੇ ਮੈਨੂੰ ਵੀ ਸਵਾ ਦੇ ਸ਼ਾਇਦ ਕੋਈ ਚੌਕਾ ਛਿੱਕਾ ਲੱਗ ਹੀ ਜਾਏ ਸਾਹਿਬ ਜੀ ਤੁਹਾਡੇ ਕੋਲ ਚੌਕਾ ਸੱਕਾ ਨਹੀਂ ਵਜਣਾ ਕਿਉਂ ਤੁਹਾਡੀ ਆਪਣੀ ਪਿੱਚ ਉੱਡੀ ਪਿੱਚ ਨੂੰ ਦਫਾ ਕਰਾ ਬੈਠਦੇ ਆ ਨਾ ਉਹਦੀ ਮੁੱਠ ਫੜ ਕੇ ਨਾ ਆਪਣੀ ਪਿੱਚ ਤੇ ਰੱਖ ਕੇ ਹਲਕਾ ਹਲਕਾ ਟਿਪ 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 ਲਾ ਲਓ ਆ ਜਾਜ ਤਾਂ ਮੈਨੂੰ ਸਿਖਾ ਦਿੱਤੀ ਹੈ ਤੂੰ ਹੁਣ ਵਾਰੀ ਵੀ ਦੇ ਵਾਰੀ ਮੈਂ ਤੁਹਾਨੂੰ ਦੇਣਾ ਤੇ ਉਹਦੇ ਉੱਤੇ ਪਿੱਚ ਚੁੰਮ ਕੇ ਵਾਰੀ ਲੈਣੀ ਜੇ ਚਲੋ ਪਿੱਚ ਚੁੰਮ ਲਵਾਂਗੇ ਉਹਦੇ ਉੱਤੇ ਘਾਹ ਨਾ ਹੋਵੇ ਇਹ ਗਰੰਟੀ ਅਸੀਂ ਨਹੀਂ ਦਿੰਦੇ ਗਰਾਊਂਡ ਕੋਲੋਂ ਪੁੱਛ ਲੈਣੇ ਦੱਸੋ ਜੀ ਮਾਰਾ ਮਾਰ ਇਹ ਮੈਨੂੰ ਬੜਾ ਤੰਗ ਕਰਦਾ ਜੇ ਤੰਗ ਕਰਦਾ ਕਰਨ ਦੇ ਹੁਣ ਨਹੀਂ ਕਰੇਗਾ ਤੈਨੂੰ ਤੰਗ ਹਾਂ ਜਾਂ ਚਾਹ ਦਾ ਘੁੱਟ ਪਿਆ ਮੈਨੂੰ ਤੁਸੀਂ ਟੈਨਸ਼ਨ ਨਾ ਲਵੋ ਮੈਂ ਚਾਹ ਤੁਹਾਡੇ ਵਾਸਤੇ ਲੈ ਕੇ ਆਨੀ ਆ ਉਹ ਤੇਰੀ ਭੈਣ ਨੂੰ ਓਏ ਦਾਦਾ ਤੂੰ ਸਕੂਲੇ ਚੱਲੀ ਬਸਤਾ ਚੁੱਕੇ ਆ ਜੋ ਤੇਰੀਆਂ ਹਰਕਤਾਂ ਨੇ ਕਿਸੇ ਚੰਗੀ ਮਾਂ ਦਾ ਬੱਚਾ ਹੈ ਅਸਲ ਖਾਨਦਾਨੀ ਲੋਕ ਇਹ ਆ ਦਸਾਉਂਦੀ ਕੱਲੀ ਹੂ ਸਾਜੀ ਮੈਂ ਨੌਕਰਾਂ ਵੀ ਮੇਰੇ ਮੂੰਹ ਕੋਈ ਮਾਂ ਭੈਣ ਦੀ ਗੱਲ ਨਿਕਲ ਜਾਏਗੀ ਫਿਰ ਮੈਨੂੰ ਬਾਅਦ ਪਛਤਾਵਾ ਆਏਗਾ ਕਿ ਮੈਂ ਮੇਰੇ ਮਾਲਕਾਂ ਦੀ ਬਿਸਤੀ ਕੀਤੀ ਮੈਂ ਕੱਪੜੇ ਕਿਹੜੇ ਪਾਉਂਦੀ ਫੈਂਸੀ ਕਿ ਸੈਕਸੀ ਸਾਜੀ ਤੁਹਾਨੂੰ ਕਿਉਂ ਜ਼ਿਹਨ ਚਾੜਨੇ ਕਿ ਮੈਂ ਸਨੀ ਲਿਓਨ ਦਾ ਬੇਟਾ ਹਾਂ ਫੈਂਸੀ ਸ਼ਰੀਫ ਔਰਤ ਹੈ ਉਹ ਪਿੱਛੇ ਪਾ ਕੇ ਫਿਰਦੀ ਹੈ ਸਨੀ ਲਿਓਨ ਦਾ ਬੱਚਾ ਆ ਮੇਰੇ ਚੋਂ ਵੀ ਤੈਨੂੰ ਇਮਰਾਨ ਹਾਸ਼ਮੀ ਦੀ ਝਲਕ ਆਏਗੀ ਦੀਦੀ ਇਮਰਾਨ ਹਾਸ਼ਮੀ ਸ਼ਰਕਾਨ ਹਾਸ਼ਮੀ ਉਹ ਤਾਂ ਬਾਅਦ ਚ ਪਤਾ ਲੱਗੇਗਾ ਨਾ ਖਾਣਾ ਪੀਣਾ ਕੀ ਨੇ ਦੱਸੋ ਸੌਂਦੀ ਕੱਲੀ ਹੂ ਨਹੀਂ 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 ਪੂਰੀ ਦੁਨੀਆ ਤੋਂ ਜਿੰਨੇ ਵੀ ਸਫਾਰਤਕਾਰ ਆਉਂਦੇ ਨੇ ਨਾ ਪਾਕਿਸਤਾਨ ਉਹਦੇ ਨਾਲ ਸੌਂਦੇ ਨੇ ਇਸੇ ਲਈ ਰੰਗ ਬਰੰਗਾ ਹੈ ਸਾਥੀ ਚੱਲਦੀ ਗੱਡੀ ਜੋ ਲੈ ਜਾਂਦੇ ਲੈ ਜਾਂਦਾ ਮੇਰੇ ਮਗਰੋਂ ਖੇ ਹੋਈ ਲੈਂਡ ਬੈੱਡ ਤੇ ਸੌਂਦੀ ਕਿ ਮੰਜੀ ਤੇ ਛੱਪੜ ਚ ਸੌਂਦੀ ਮੈਂ ਮੱਝ ਦਾ ਬੇਟਾ ਵਾਹ ਡੱਡੂਆਂ ਦੀਆਂ ਮੌਜਾਂ ਲਵਾ ਸਾਨੂੰ ਲਿਫਟ ਨਾ ਕਰਾਈ ਡੱਡੂਆਂ ਹੱਥ ਮਰਵਾ ਲੈਣੀ ਸੂਰ ਦੇ ਮੱਥੇ ਨਹੀਂ ਲੈਣੀ ਆ ਪਤਾ ਹੈ ਨਾ ਸੂਰ ਸਿੱਧਾ ਹੁੰਦਾ ਸਾਹਿਬ ਜੀ ਨੌਏ ਦਾ ਖਬਰ ਨਾ ਮੈਂ ਸੁਣ ਲੈਂਦੇ ਸੁਣ ਲੈਂਦਾ ਤੇ ਜਵਾਈ ਦੀ ਕਿਉਂ ਨਹੀਂ ਸੁਣਦੇ ਸੌਂਦੀ ਕੱਲੀ ਹੂ ਤੇਰੀ ਮਾਂ ਸੌਂਦੀ ਨਾਲ ਉਹਦੇ ਯਤੀਮੀ ਨਹੀਂ ਦੂਰ ਕੀਤੀ ਆਪਣੀ ਇਹਨੇ ਔਲਾਦ ਨਾ ਫਰਮਾਨ ਨੌਵਾਂ ਨਾ ਫਰਮਾਨ ਨੇ ਉਹ ਵੀ ਬਿਸਤੀ ਕਰਦੀਆਂ ਨੇ ਪਤਾ ਨਹੀਂ ਕਦੋਂ ਠੀਕ ਹੋਣਗੇ ਮੁੰਡੇ ਥੱਲੇ ਲੱਗੇ ਅੱਬਾ ਜੀ ਸਲਾਮ ਅਲੈਕਮ ਅੱਬਾ ਜੀ
बस मुंडिया मैं नाराज हां बचा आ तेरी बुड्ढी ने मेरी बड़ी पिस्ती की थी तेरी पिस्ती की थी मैं भी लता बन रहा भाजी ए मेनू चा क्या कीसू मेनू कहंदी दफा हो जा मेरे मगरों ले जा दफा हो जा मगरों ले जा ए क्या ने मेरे पियो नु मैं छड़ा नहीं ए बाल और की क्या सु कहंदी चुक अपनी मंजी बुड्ढिया ते निकल इस घर चो बाहर मेरे पियो दी मंजी ते मेरे घर चुक के बाहर ओए मेरा खाना खराब होवे छड़ ले और की क्या सु मेनू कहंदी मर जा बुड्ढिया किते कब्रा च पै जा मर जा कब्रा च पै जा ए क्या सु ओ मेरे पियो नु मर जा कब्रा ਤੇਰਾ ਪਿਆ ਇੱਧਰ ਕੋ ਹੈ ਨੀ ਫੱਪੇ ਹੋਰ ਕੀ ਕਿਆ ਸੁ ਆ ਕਬਰਾਂ ਜਿੱਦ ਉਹਨੇ ਮੈਨੂੰ ਪਾਤਾ ਇਸ ਤੋਂ ਅੱਗੇ ਕਿੱਥੇ ਖੜਨਾ ਸੀ ਬਦਲਾ ਲੈ ਉਹਦੇ ਕੋਲੋਂ ਮੇਰੀ ਗੱਲ ਦਾ ਉੱਤੇ ਮਿੱਟੀ ਤੇ ਨਹੀਂ ਨਾ ਪਾਈ ਲੈ ਉਹ ਕਬਰਾਂ ਚ ਪਾ ਦਿੱਤਾ ਤੇ ਮਿੱਟੀ ਪੈ ਹੀ ਗਈ ਉਹ ਇੱਥੇ ਖਲੋਈ ਅੱਬਾ ਮੈਂ ਹੁਣੇ ਹੀ ਉਹਦੀ ਲੱਤਾਂ ਘੁੱਟ ਕੇ ਆਇਆ ਪੁੱਛ ਜ਼ਰਾ ਹੈ ਪੁੱਛ ਜ਼ਰਾ ਇਹਨੂੰ ਮਾਰ ਨਹੀਂ ਪਏ ਫੱਪੇ ਕੁੱਟਣੀ ਹੈ ਇਹ ਮਰ ਕੇ ਤੂੰ ਕਿਆ ਛੋੜਾ ਲਵੇ ਆ ਆ ਆ ਇਹਨੂੰ ਪੁੱਛ ਇਹਨੂੰ ਪੁੱਛ ਕੀ ਪੁੱਛ ਰਹੇ छापर च 10 किलो आटा तुन के पाया मैं वेख ते सही अबा कि सस्ती लगन डी कर मेनू क्यों हाई जान दिया वेख ते सही की रोशनी चा के वीडियो दे सामने वड दे दियां लत्तां अब्बा जे लत्तां वड दित्तियां ते चुकांगा की लख लानत ओ प्यो दी पिस्ती करन लई ओनू अपनी पई है सुती पी धोन वड अपा चुमा ना की पुछ इन जरा पुछ क्या मेरे प्यो नो अल्लाह करके मर जाओ तुसी खबरदार ਜੇ ਪਿਆਰ ਨੂੰ ਕਹਿੰਦੇ ਮਰ ਜਾ ਤੁਸੀਂ ਮਾ ਪਿਓ ਵੇ ਮੇਰੇ ਜੰਨਤ ਦੀ ਮੇਰੀ ਮਾਂ ਮਰ ਗਈ ਉਹਦਾ ਮਜ਼ਾਜੀ ਖੁਦਾ ਸੀ ਤੇ ਮੇਰਾ ਤਾਂ ਪਿਓ ਨਹੀਂ ਨਾ ਤੇਰਾ ਪਿਓ ਨਹੀਂ ਨਾ ਹੈਗਾ ਮੇਰਾ ਨਹੀਂ ਹੈਗਾ ਮੇਰੇ ਪਿਓ ਦੀ ਬਿਸਤੀ ਕਰ ਰਹੀ ਹੈ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਸਹੀ ਪਿਓ ਵੇ ਮੇਰਾ ਚੱਲ ਆਪਾਂ ਮਾਫੀ ਮੰਗ ਉਹ ਫੇ ਟੈਨੂ ਬਿਸਤੀ ਉਹਨੇ ਮੇਰੀ ਕੀਤੀ ਹੈ ਮਾਫੀ ਵੀ ਮੈਂ ਹੀ ਮੰਗਾ ਇਹਦੇ ਕੋਲ ਮਾਫੀ ਮੰਗਦੀ ਮੇਰੀ ਜੁੱਤੀ ਮੰਗ ਚੱਲ ਮੈਂ ਵੀ ਮਾਫੀ ਮੰਗਣੀ ਤੇਰੇ ਕੋਲੋਂ ਚੱਲ ਨਹੀਂ ਮੰਗਣੀ ਮਾਫੀ ਮੇਰੇ ਪਿਓ ਨੇ ਮੇਰੀ ਜੁੱਤੀ ਮਾਫੀ ਮੰਗਦੀ ਇਹਦੇ ਕੋਲੋਂ ਆ ਤੇਰੀ ਵੀ ਜੁੱਤੀ ਮਾਫੀ ਮੰਗਦੀ ਉਹਦੀ ਵੀ ਜੁੱਤੀ ਮਾਫੀ ਮੰਗਦੀ ਏ ਆ ਮੇਰੇ ਕੀ ਹੋਇਆ ਜਾਨੂ ਮੇਰਾ ਮੰਨ ਰੇ ਮੇਰਾ ਅੱਬਾ ਕਹਿੰਦੇ ਦਿੱਲੀ ਨੇ ਕਰਤਾ ਮੇਰਾ ਪਿਓ ਏ ਅੱਛਾ जवान नूं तू माफी ना मंगन दिया जिन्हें तेन 9 महीने ढेड च रखे एक रात का देर नहीं दे सकता तेन किले तो चुके सुके पाती रही है मां आउंदी है जा काम कर जानू हां जी तुसी ना ਇਹਨੂੰ ਆਪਣਾ ਦੁੱਧ ਨਹੀਂ ਬਖਸ਼ਣਾ ਕਿਹੜਾ ਦੁੱਧ ਜਿਹੜਾ ਮੈਂ ਪੀਤਾ ਹੀ ਨਹੀਂ ਵੇਖਿਆ ਤੇ ਹੈਗਾ ਹੀ ਨਾ ਬਸ ਕਰਦੇ ਹੋ ਸਾਹਿਬ ਜੀ ਬਸ ਕਰਦੇ ਹੋ ਸਾਹਿਬ ਜੀ ਆਪਣੇ ਉਸ ਪਿਓ ਨਾਲ ਬਦਤਮੀਜ਼ੀ ਕਰ ਰਹੇ ਹੋ ਉਸ ਪਿਓ ਨਾਲ ਜਿਹਦੇ ਤੁਸੀਂ ਹੈ ਹੀ ਨਹੀਂ ਉਹ ਮੈਂ ਵੀ ਕਹਾਂ ਪਰਚੂਲ ਵਾਲਾ ਮੈਨੂੰ ਕਿਉਂ ਚੁੰਮਦਾ ਰਹਿੰਦਾ ਹੈ ਸਮਝਾਇਆ ਕੀ ਕਿਹਾ ਅੱਬਾ ਜੀ ਨੇ ਤੈਨੂੰ ਮੇਰੇ ਕੋਲੋਂ ਨਾ ਆਪਣੇ ਕੰਦੇ
ਕੱਛੇ ਧੋਂਦੇ ਨੇ ਇਹ ਗੰਦੇ ਕੱਛੇ ਧੋਂਦਾ ਹਾਂ ਓਏ ਗੰਦੇ ਕੱਛੇ ਧੋਣਾ ਬਾ ਜਵਾਨ ਨੂੰ ਕਰੋ ਹੋਰ ਸਾਦੇ ਧੋਂਦਾ ਕਿ ਮਾਇਆ ਵਾਲੇ ਉਹ ਮਾਇਆ ਵਾਲੇ ਕੱਛੇ ਧੋਣਾ ਨੂੰ ਕਰੋ ਓਏ ਹੋਰ ਮੈਂ ਨਵੇਂ ਕੱਛੇ ਧਵਾਈ ਜਾਵਾਂ ਇਹਦੇ ਕੋਲੋਂ ਓਏ ਇਸ ਉਮਰ 'ਚ ਮਾਇਆ ਤੇਰੇ ਕੋਲ ਆਈ ਕਿੱਥੋਂ चार साल हो गए कोई पच्ची बच्चा नहीं 3500 का चार खा गई रिजल्ट टके दा नहीं दिता 3500 का चार खा गई रही तो घर ही है ना ਉਹ ਘਰ ਰਵੇ ਤੇ ਕੋਈ ਬੱਚੀ ਬੱਚਾ ਵੀ ਤੇ ਹੋਵੇ ਉਹ ਸਾਡੀ ਮਰਜ਼ੀ ਹੋਵੇ ਨਾ ਹੋਵੇ ਤੈਨੂੰ ਕੀ ਤੂੰ ਸਾਲਾ ਲੱਗਣਾ ਚਲੋ ਜਾਨੂ ਅੰਦਰ ਅੰਦਰ ਚਲੋ ਮੈਂ ਤੁਹਾਡੀ ਲੱਤਾਂ ਘੁੱਟਣਾ ਚਲੋ ਹਾਂ ਚਲ ਭਾਬੀ ਹਾਂਜੀ ਸਾਬੀ ਇਹਨਾਂ ਦੇ ਅੰਦਰ ਭੇਜਣਾ ਬਜਾ ਮੈਂ ਇੱਕ ਇੰਗਲਿਸ਼ ਫਿਲਮ ਲਈ ਸੀਨ ਦੀ ਨਹੀਂ ਸਮਝ ਆ ਰਹੀ ਬਹੁਤ ਛੁੱਟੇ ਨੂੰ ਉਹ ਪੈਂਜੀ ਲੱਗ ਰਿਹਾ ਖਬਰ ਛਾਪ ਰਿਹਾ ਜਿਵੇਂ ਸਮਝ ਨਹੀਂ ਆ ਰਹੀ ਆਈਸਕ੍ਰੀਮ ਤੇ ਨਹੀਂ ਖਾ ਰਹੀ ਨਹੀਂ ਖਾ ਫਿਲਮ ਦੀ ਸਮਝ ਨਹੀਂ ਆ ਰਹੀ ਅੰਮੀ ਦਾ ਨੰਬਰ ਤੇ ਹੁਣੇ ਪੁੱਛ ਲੈਨੇ ਆ ਅੱਪਾ ਛੜੀ ਆਣ ਕੇ ਪਾਸੇ ਪਿਆ ਜਾ ਕੋਟੋ ਲਤਾ ਝੁੜਵਾ ਥੱਲੇ ਲੱਗਾ ਉਹ ਰਾਤੀ ਉੱਤੇ ਲੱਗਾ ਸਾ ਆ ਤਾਂ ਦਿਨ ਚੜਿਆ ਥੱਲੇ ਲੱਗਾ ਥੱਲੇ ਲੱਗੇ ਹੋ ਤੁਸੀਂ ਕੁਝ ਹਯਾ ਕਰੋ ਪਿਓ ਦੀ ਬਿਸਤੀ ਕਰਾਂਦੇ ਹੋ ਉਹ ਮੈਂ ਤੁਹਾਨੂੰ ਜੰਮਿਆ ਤੂੰ ਜੰਮਿਆ ਮੈਂ ਜੰਮਿਆ ਤੂੰ ਕਿੱਥੋਂ ਜੰਮਿਆ ਉਹ ਮੈਂ ਹੀ ਜੰਮਿਆ ਉਹ ਤੂੰ ਜੰਮਿਆ ਆ ਹਸਪਤਾਲ ਤੂੰ ਗਿਆ ਸੈਂ ਲੈ ਲੋ ਉਹ ਮਾਪੇ ਜੀ ਕਹਿੰਦੇ ਨੇ ਕਿ ਆ ਜਿਹੜਾ ਮੁੰਡਾ ਨਾ ਮੇਰਾ ਜੰਮਿਆ ਉਹ ਮਾਂ ਕਹੇ ਪਿਓ ਸਾਲਾ ਲੱਗਦਾ ਉਹ ਪਿਓ ਨੇ ਵੀ ਇਹੋ ਹੀ ਕਹਿਣਾ ਹੁੰਦਾ ਮੇਰਾ ਜੰਮਿਆ ਬਈ ਐਵੇਂ ਦਾਈ ਤੈਨੂੰ ਕੁੱਟਣ ਆਉਂਦੀ ਸੀ ਹੈ ਗੰਦੀ ਔਲਾਦ ਹੋ ਤੇ ਤੂੰ ਧੋ ਕੇ ਜੰਮ ਲੈਣੀ ਸੀ ਧੋ ਕੇ ਜੰਮ ਲੈਣੀ ਸੀ ਉਸ ਵੇਲੇ ਕੋਈ ਹੋਸ਼ ਹੁੰਦੀ ਹੈ ਆਪੋ ਤਾਪ ਪਈ ਹੁੰਦੀ ਮੈਂ ਵੀ ਔਲਾਦ ਧੋਂਦਾ ਥੋੜੀ ਕਿਹਾ ਬੇਟੇ ਮੂੰ ਆ ਮੁੰਡਿਆ ਜਾਓ ਜੀ ਚਾਹ ਬਣਾ ਕੇ ਰੱਖੀ ਜੇ ਡੁੱਲ ਗਈ ਚੱਟ ਲਓ ਜਾ ਕੇ ਇਮਤਿਹਾਨ ਲੈਣ ਡਿਆ ਤੂੰ ਮੇਰੇ ਕਾਹਦੇ ਮੁੰਡਾ ਦੂਜਾ ਕਿੱਥੇ ਵਿਆਹਿਆ ਨਹੀਂ ਅਜੇ ਨਾ ਜਾਣੇ ਕਿੱਥੇ ਤੁਹਾਡਾ ਜੰਮਿਆ ਮੈਨੂੰ ਕੀ ਪਤਾ ਮੈਂ ਜੰਮਿਆ ਪਤਾ ਨਹੀਂ ਕਿਸੇ ਕੁੱਤੇ ਦੀ ਔਲਾਦ ਨੇ ਚੰਗੀ ਗੱਲ ਹੈ ਉਹ ਨਹਾਉਂਦੀ ਹੈ ਜਦੋਂ ਤੇ ਤੌਲੀਏ ਨਾਲ ਇੰਜ ਨਹੀਂ ਕਰਦੀ ਨਹਾ ਕੇ ਤੌਲੀਏ ਨਾਲ ਇੰਜ ਨਹੀਂ ਕਰਦੀ ਜਦੋਂ ਮੇਰਾ ਪਿਓ ਹੀ ਮਰ ਗਿਆ ਉਹਨੇ ਕਿਉਂ ਨਹਾਉਣਾ खुश रहो आबाद रहो और जहां भी रहो माशाल्लाह भाई साहब ਸੁਭੀ ਸਾਹਿਬ ਬੱਬਰ ਸ਼ੇਰ ਲੋਕ ਸਾਹਿਬ ਜੀ ਤੁਹਾਡੇ ਵਾਲਾ ਸਾਹਿਬ ਤੁਹਾਡਾ ਹੁਣੇ ਪੁੱਛ ਰਹੇ ਸਨ ਹੋਰ ਭਾਈ ਜਾਨ ਠੀਕ ਠਾਕ ਚੌਕਸ ਹੋ ਜਾਓ ਬੱਚੀ ਲੈ ਕੇ ਆਇਓ ਹੋਏ ਹੋਏ ਕੀ ਬਾਤ ਹੈ ਦੇਖੋ ਨੂਰਾਨੀ ਚਿਹਰੇ ਹੈ ਜੀ ਸਾਹਿਬ ਜੀ ਤੁਹਾਡੇ ਘਰ ਚ ਹੀ ਨੇਕ ਲੋਕ ਹਾਂ ਜੀ ਸਾਹਿਬ ਜੀ ਅੱਲਾ ਇਨਕੀ ਜ਼ਿੰਦਗੀ ਕਰੇ ਜੀ ਸਾਹਿਬ ਜੀ ਖੁਸ਼ ਨਸੀਬ ਲੋਗ ਹੋ ਤੁਮ ਅੱਛਾ ਸਾਹਿਬ ਜੀ ਤੁਹਾਡੀ ਬੱਚੀਆਂ ਨੇਕ ਲੋਗੋ ਕੇ ਸਾਹਮਣੇ ਨਾਚਦੀ ਹੈ ਸਾਥ ਕੀ ਸਾਥ ਬਖਸ਼ਿਸ਼ ਹੁੰਦੀ ਹੈ ਅੱਲਾ ਮਾਫ ਕਰ ਦੇ ਅੱਲਾ ਮਾਫ ਕਰ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸਾਹਿਬ ਜੀ ਹਾਂ ਆਪ ਯਾ ਸਾਉਂਡ ਪੇ ਹੋਤੇ ਨਹੀਂ ਨਹੀਂ ਤੇ ਫਿਰ ਆਪ ਕੀ ਵੀ ਬੱਚੀਆਂ ਹੈ ਅੱਲਾ ਦਾ ਸ਼ੁਕਰ ਹੈ ਹਮਾਰੇ ਵੀ ਬੱਚੀਆਂ ਹੈ ਔਰ ਤੁਹਾਡੀ ਬੱਚੀ ਹੈ ਮੈਂ ਤਾਂ ਨੌਕਰ ਹੂੰ ਮਾਲ ਤੋਂ ਆਪਕਾ ਅੱਜਾ ਚਵਲ ਜਮਾਨੇ ਕੇ ਸੁਸਰੇ ਤੇਰਾ ਸਾਹਬ ਹੂੰ ਮੈਂ ਸਾਹਿਬ ਜੀ ਮੈਂ ਵੀ ਤੁਹਾਨੂੰ ਸਾਹਿਬ ਹੀ ਮੰਨ ਰਿਹਾ ਊਠ ਕਾ ਗੋਸ ਖਾਇਆ ਵਾ ਹਾਂ ਜੀ ਊਠ ਕਾ ਗੋਸ ਖਾਇਆ ਤੇ ਪਾਵਾ ਪਿੱਛੋਂ ਲੈ ਲਿਆ ਮੈਂ ਨਾ ਪਾਵਾ ਰੱਖ ਦੇ ਇਹਦਾ ਘਾਟ ਨੂੰ ਊਠ ਕਾ ਗੋਸ ਗਰਮ ਬਣਾ ਸਾਹਿਬ ਜੀ ਕੀ ਹੋ ਗਿਆ ਤੁਹਾਨੂੰ ਖੁਦਾ ਦਾ ਵਾਸਤਾ ਦੇ ਮੈਂ ਕਹਤਾ ਹੂੰ ਯੂ ਰੇਗਿਸਤਾਨ ਮੇਂ ਵੀ ਯੂੰ ਯੂੰ मैं जाता ही नहीं हाँ मैं जब पकाता हूँ तो बड़ा अच्छा जायका आता है क्या बात है और जब तो नीमा होके पकाता ना तब तो ज्यादा मजा आता है
ਉਹ ਮੈਂ ਜ਼ਰਾ ਘੁੰਨਾ ਗੋਸ਼ਤ ਪਕਾ ਰਿਹਾ ਹਾਂ ਉਦੋਂ। ਅੱਜ ਤੂੰ ਮੇਰੀ ਜਾਨ ਕਾਇ ਸਾਹਿਬ ਜੀ ਕਿਉਂ ਕਰਨ ਦੇ ਖੁਦਾ ਦਾ ਵਾਸਤਾ ਜੇ ਕੀ ਹੋ ਗਿਆ ਤੁਹਾਨੂੰ? ਉਹ ਕੁਛ ਨਹੀਂ ਹੱਤਾ ਪਾਗਲ ਆ ਨਹੀਂ ਮਾਰਦੇ ਆ ਬੱਚਿਆ ਤੇਰੀ ਕੱਟਾ ਤੇਰੀ ਸਾਲੇ ਆ ਮੇਰੇ ਤੈਨੂੰ ਕਹਿੰਦੇ ਦਾ ਸਾਹਿਬ ਜੀ ਕਰਨ ਦੇ ਆ ਸਾਲੇ ਆ ਅੰਨੀ ਮਾਂ ਦੇ ਆ ਵੇਖ ਜਨ ਖੱਤੀ ਮਾਂ ਦੇ ਆ ਬੱਚੇ ਆ ਤੇਰੇ ਤੇ ਲਾਨਤ ਬੇਸ਼ੁਮਾਰ ਧੁੰਨੀ ਪੁੱਠੀ ਕਰਤੀ ਉਹ ਸਾਲੇ ਆ ਅੱਲਾਹ ਯਕਦਮ ਹੀ ਪਕੜਾ ਛੋਟਾ ਭਰਾ ਤੁਹਾਡੇ ਪਿਓ ਨਾਲ ਬੜੀ ਬਦਤਮੀਜ਼ੀ ਕਰਦਾ ਆਪਣੀ ਭੈਣ ਕੀ ਦੋ ਸ਼ਾਦੀਆਂ ਕਰਾ ਦੀ ਮੈਂ ਕਿਹਾ ਦੋ ਕਿਉਂ ਕਰਾ ਰਹਾ ਕਹਿੰਦਾ ਅੱਗੇ ਜੰਗ ਲੱਗਣੇ ਵਾਲੀ ਇੱਕ ਬੰਦਾ ਤੋਂ ਘਰ ਹੋਣਾ ਚਾਹੀਏ ਤੂੰ ਮੇਰੀ ਜਾਨ ਦਾ ਹਿੱਸਾ ਸਾਹਿਬ ਜੀ ਪਰਾਂ ਰਿਹਾ ਕਰੋ ਕਿਉਂ ਇੱਥੇ ਨਸਰੀਨ ਲਿਖੇ ਆ ਮੈਨੇ ਪਿੱਛੇ ਸ਼ਮੀਮ ਲਿਖਿਆ ਲੈ ਗਏ ਹੋਗੇ ਬੀਬੀ ਜੀ ਲੈ ਜਾਂਦੇ ਦੇਖ ਮੁਝੇ ਤੇਰੇ ਪੇ ਬੜਾ ਸ਼ੱਕ ਹੈ ਨਾ ਕਿਆ ਕਰੋ ਤੁਹਾਡੀ ਸ਼ੀਨ ਅੜਦੀ ਹੈ ਮੇਰਾ ਨਾਮ ਉਹ ਕੁਛ ਹੋਰ ਲੱਗਦਾ ਕੀ ਅੜਦੀ ਸ਼ੱਕ ਕਹਿੰਦੇ ਹੋ ਨਾ ਤੁਸੀਂ ਤੁਸੀਂ ਉਸ ਸ਼ੀਨ ਨਾਲ ਹੋਰ ਕੁਛ ਲੱਗਦਾ ਵੇ ਨਹੀਂ ਨਹੀਂ ਮੇਰੀ ਸੀਨ ਅੜਦੀ ਮੇਰਾ ਲਾਮ ਵੀ ਅੜਦਾ ਮੈਂ ਲੋੜ ਨਹੀਂ ਕਰਦਾ ਲੋੜ ਤੁਹਾਡਾ ਉਹ ਵੀ ਤੇ ਖੁੱਲਾ ਹੋ ਹੀ ਗਿਆ ਹਾਂਜੀ ਹਾਂਜੀ ਤੇਰੇ ਕਿਉਂ ਮੈਂ ਵੀ ਤਾਂ ਡੰਡਾ ਤੋਨੀ ਦੀ ਰੁੱਖ ਲੋ ਸਾਰੇ ਅੰਨੀ ਮਾਰ ਦਿਆ ਮੈਂ ਕਿ ਚੌਂਕੀਦਾਰ ਦਿਆ ਬੱਚਿਆ ਡੰਡਾ ਤੇਰਾ ਖਲਾਉਂਦਾ ਹੀ ਨਹੀਂ ਬਹੁਤ ਜ਼ਾਲਮ ਆਦਮੀ ਬਹੁਤ ਜ਼ਾਲਮ ਆਦਮੀ ਸਰ ਇਹ ਮੇਰੀ ਜਨਾਨੀ ਹੈ ਚਾਚਾ ਜੀ ਦੱਸੋ ਮੇਰਾ आपको प्रोटोकॉल उसने सेहत के मुताबिक ही दी है नहीं नहीं बीवी तेरी सियानी है अच्छा ओनु पता है रोला मुंडे ही पांदे ने चोक लो उत्ते कर लो थल्ले कर लो हां बुजुर्ग आदमी कहंदे कुछ नहीं सारी रात ऐसे काम ते लंगा लंदे ने तुम्हें कुछ इस काम में से बचता भी है या ऐसे खजल हो रही हो तुम क्या बात है जी ये मेरी जनानी हां इसमें मेरा कसूर नहीं है पीटीआई का कसूर है क्यों उन्होंने कहा तब्दीली ला अच्छा मेरे से जितनी लाई गई ले आया ते की है ओ कोई सेहत बना ते तेरा कसूर है सुसरी की सेहत की वजह से मैं बच्चा नहीं जमने दे रहा कहां से चीची की तरह करूं हां जी ना सेहत का पता लग रहा ना पुठ का तो इसमें टेंशन वाली कौन सी बात है भाभी नु टप च सुटो जिथो बुलबुले निकल समझो पोठे ਤੂੰ ਤਾਂ ਰਾਤ ਬੁਲਬਲਾ ਘੁੱਟ ਰਹਾ ਸੀ ਤੁਹਾਡੇ ਪੇ ਤਾਂ ਨਾ ਹੈ ਨਾ ਬੁਲਬਲੇ ਉਹਨੂੰ ਮੈਂ ਘੁੱਟ ਰਿਹਾ ਸੀ ਸਿਹਤ ਬਣਾ ਤੇ ਕੀ ਹੈ ਪਿਆਰ ਦੀ ਸ਼ਾਦੀ ਕੀ ਆਮ ਜਨਾਨੀਆਂ ਦੀ ਡੋਲੀ ਆਤੀ ਹੈ ਬੜੇ ਬਾਂਸ ਤੁਨੇ ਜਾਂਦੇ ਇਸ ਦੀ ਡੋਲੀ ਮਾਚਸ ਮੇ ਤੀਲੀਆਂ ਡਾਲ ਕੇ ਚੱਲ ਵੇ ਓਏ ਐਡੀ ਕੀ ਡੋਲੀ ਤੁਹਾਡੀ ਹਾਂ ਕਿਹਦੀ ਉਹ ਜਿਹਦੇ ਚ ਗਏ ਨੇ ਭਾਬੀ ਜੀ ਨਹੀਂ ਨਹੀਂ ਡੋਲੀ ਤਾਂ ਐ ਨਹੀਂ ਨਿਸ਼ਾਨ ਬਣਾਇਆ ਵਾ ਇੰਨੀ ਡੋਲੀ ਵੱਡੀ ਡੋਲੀ ਹੁੰਦੀ ਕੁੜੀਆਂ ਬੈ ਕੇ ਜਾਂਦੀਆਂ ਜਿਹਦੇ ਸਿਹਤ ਬਣਾ ਸਮਝਾਉਂਦਾ ਦੁਬਾਰਾ ਪੈਦਾ ਹੋਊਗਾ ਮੈਂ ਤੂੰ ਪੈਦਾ ਹੋਏਗਾ ਫਿਰ ਆਏਗੀ ਤਬਦੀਲੀ ਹਾਂ ਤੂੰ ਦੁਬਾਰਾ ਪੈਦਾ ਹੋਈ ਤੈਨੂੰ ਕੀ ਮਿਲ ਗਿਆ ਸੀ ਤੇਰੇ ਚੱਕਰ ਹੋਰ ਲੱਗਣਾ ਲੈ ਹਾਂ ਸਹੀ ਹੈ ਉਹ ਬੀਚ ਮੇ ਕੁਝ ਚੀਜ਼ ਰਹਿ ਗਈ ਸੀ ਹਾਂ ਤੇ ਤਾਂ ਵੀ ਨਹੀਂ ਨਾ ਕਹਿੰਦੇ ਸੀ ਉਹਦਾ ਚੱਕਰ ਲਵਾਈ ਜਾਂਦੇ ਆ ਮਸ਼ੀਨ ਤੇ ਲਿਆ ਮਸ਼ੀਨ ਹਾਂਜੀ ਕੀ ਲਿਆ ਮਸ਼ੀਨ ਸਾਡੀ ਮਸ਼ੀਨ ਛੱਡੋ ਆਪਣਾ ਲੈਪਟਾਪ ਹੀ ਖੋਲੋ
ये अब्बा जी जनानी आ डुब के मर जे आ मुंडा मेरा वे किते थल्ले लगा अब्बा जी इसके कोई चीज है थल्ले लगने वाली उसके तो उत्ते लगने को दिल नहीं कर रहा पूरा खानदान थल्ले लगा है घर दे बाहर लहा लो जा थल्ला हाउस लहा लांगे जिस दिन आएगी तेरी जान कटना से मौत दी परवानी प्यार किया करो इसके साथ प्यार किया करो आ लव कीता ही लव मैरिज ते प्यार कीता पता नहीं केड़े इशारे ते खलोंदी सी ओथों ही ले आया है अब्बा जी आप उसको प्यार दोगे तुम कुछ करेगी ना बिस्ती कर दी मेरी किसने इन्हें मेरे बाप की तूने बिस्ती करी है नहीं तेरी खातर क्या कुछ नहीं करा ओ मोटी जनानी ये छोड़ दी तेरी खातर ओ भाई छोड़ दिए तेरी खातर और तूने मेरे बाप के साथ बदतमीजी करी है पर तुझे क्या कहूँ तू तो एक मासूम जनानी है अब्बा जी आपको शर्म नहीं आती उसके मुंह लगते ओए ओए तेनू झूठ बोल दिया शर्म नहीं आई कहना मोटी जनानी छोड़ दी तेरी खातर प्यो न प्यो न जुती चुक रहे हैं अन्नी मां दिया बचे हैं जुती चुक रहे हैं उस प्यो दे ओए उन ठुटे मार चल जा अब्बा जी तेरी पिस्ती करे जाएंगे सालिया नसीये मेरी जान सालिया मेरे है तेरा दोष ही ने समझ दिया ने खत्ती मां दिया जनानी तो इस काबल नहीं अच्छा कहीं मैं तो रास्ता ना निकल जाए उसका और वैसे इंजॉय है इन्हें दी इज्जत करया कर पता नहीं फुड़कते रहेंगे तुसी हाँ इन्हें कदू तड़फ दे बस ऊंट ही खाता कि खोता खा ले लो खोते से याद आया मेरे साथ धोखा हो गया मैं जानवर लेकर आया बाद में मुझे पता लगा ये खोता है जब पावे पांच निकले साथी उस दिन की गल नहीं हाँ जो तुम कह रहे सही तो रात देख मैं बगैर हड्डी के पावा खा रहा हूं हाँ ये वो ही पाया ना माशाल्लाह इतनी तो सर्दी भी नहीं पड़ रही जो चाय ले आए अबे कोल्ड ड्रिंक लाया करते हैं पागल हाँ ये मेहमानों की मेहमानों के लिए बस मेरी जनानी किस तरह मोटी हो सकती साहब जी उन्होंने पानी सुहाया करो मसलन फिर भी किस तरह मोटी होवे उन मैं कह रहा झंग तो कोला टीम है हां उथे चेक कराओ नहीं 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 मैं तो कह रहा हूं एबट कंपनी नहीं है जो मेडिसिन वाली हां उसके पास से कैप्सूल लेते प्रवेश साहब को प्रवेश साहब बिल्कुल सही गल है ठीक है ना साहब जी घर में कैप्सूल लेकर आ रहा हूं कैप्सूल छोड़ो घर के सारे एसी खराब ने अच्छा मैं तो कहना मक्का कॉलोनी नहीं वो मक्का कोल पॉइंट वाला हां उन्हें को चले जाओ जाके मुंडा तो ले आओ साहब जी बड़े सारे गर्मी बैठे और मैं तुझे कह रहा हूं तेरी सालगिरह आने वाली है हां यूनुस मलिक साहब से ना तूने एक वीडियो बनवानी है ए सही काम कीता जो क्यों बल्कि बिस्मिल्लाह कोल पॉइंट ਤੇ ਚੱਲਿਆ ਫਰਦੋਸ ਮਾਰਕੀਟ ਭਾਈ ਟੈਨਸ਼ਨ ਨਾ ਲਓ ਜੀ ਸਕੂਲੀ ਦੀ ਐਂਟਰੀ ਦੀ ਸ਼ਲਵਾਰ ਨਹੀਂ ਲੱਭ ਰਹੀ ਓਏ ਯਾਰ ਮੈਂ ਤੁਹਾਨੂੰ ਸਹੀ ਕਹਿ ਰਿਹਾ ਯਾਰ ਤੇ ਬੰਦਾ ਕਾਹ ਭਾਈ ਵੇ ਕਿੱਥੇ ਚਲਾ ਗਏ ਨਹੀਂ ਹਾਂ ਆ ਤੂੰ ਭਾਈ ਕੀ ਚੱਲ ਹੀ ਤੂੰ ਇੰਦੀ ਆਇਆ ਕੀ ਭਾਈ ਹੋਈ ਮੈਂ ਹੈ ਜੁੱਤੀ ਤੇਰੀ ਵੇਖ ਕੀ ਨਸੀਬ ਜਾਗੇ ਨੇ ਤੇਰੇ ਫਿਰ ਤੂੰ ਆ ਗਈ ਔਰ ਕਿਸੇ ਨੇ ਵੀ ਕੁਛ ਨਹੀਂ ਕਿਹਾ ਕੀ ਮਤਲਬ ਫਿਰ ਮੈਂ ਆ ਗਈ ਹਾਂ ਐਸੇ ਹੀ ਹਾਂ ਸੜਨਾ ਕਿਉਂ ਇਹੋ ਜਿਹੀ ਕੁੜੀ ਮਹੱਲੇ 'ਚ ਜਾਂਦੇ ਛਾਤੀ ਵੀ ਮਾਰ ਜਾਂਦੀ ਹਾਂ ਉਹ ਸ਼ੀਸ਼ਾ ਬਣਾਉਂਦੇ ਓਹੋ ਧੱਕਾ ਤੇਰੀ ਤੇਰਾ ਮਰੇ ਤੂੰ ਸਾੜ ਮੇਰੇ ਤੋਂ ਤੈਨੂੰ ਜੁੜਨੀ ਅੱਲਾ ਨੇ ਦਿੱਤਾ ਡੱਕਾ ਤੂੰ ਅਮਰੀਕਾ ਚਲੀ ਜਾ ਤੂੰ ਹਾਂ ਇੱਥੇ ਫਿਲਮਾਂ ਦੇ ਵਿੱਚ ਕੰਮ ਕਰਦੀਆਂ ਤੇਰੇ ਵਰਗੀਆਂ ਐਸਐਮ ਹਾਂ ਹਾਂ ਬੜਕਾ ਮਾਰਦੀ ਆ ਹਾਂ ਤੂੰ ਤੂੰ ਵੱਡਾ ਕੰਮ ਕਰ ਅਮਰੀਕਾ ਜਾ ਉੱਥੋਂ ਦੀ ਫਿਲਮਾਂ 'ਚ ਕੰਮ ਕਰ ਤੇ ਕੀ ਕਰਾਂ ਉੱਥੇ ਵੀ ਬੜਕਾ ਹੀ ਮਾਰਨੀ ਹੈ ਸਟਾਈਲ ਚੇਂਜ ਹੈ ਜ਼ਰਾ ਇੱਥੇ ਬੜਕ ਵੱਜਦੀ ਨਾ ਆ ਤੂੰ ਉੱਥੇ ਕਰਨਾ ਆਹਾ ਸਟਾਈਲ ਹੀ ਹੈ ਬੜਕਾ ਦਾ ਬਦਤਮੀਜ਼ੀ ਨਾ ਕਰ ਮੇਰੇ ਨਾਲ ਇੱਥੇ ਇੱਕ ਦਾ ਹਾਂ ਦੇਰ ਨਾ ਚੇਂਜ ਹੋਏਗਾ ਸਾਰਾ ਕੁਝ ਕੀ ਚੇਂਜ ਹੋਏਗਾ ਉੱਥੇ ਬੜੀਆਂ ਅੱਛੀਆਂ ਸਟੋਰੀਆਂ ਨੇ ਕਿਹੜੀਆਂ ਕਿਹੜੀਆਂ ਨੇ ਇੱਥੇ ਡਾਕੂ ਘੋੜਿਆਂ ਦੇ ਆਉਂਦੇ ਨੇ ਨਾ ਉੱਥੇ ਲੈਮੋਜ਼ੀਨ ਤੇ ਆਉਂਦੇ ਨੇ ਪੰਜ ਡਾਕੂ ਇਕੱਠੇ ਹੀ ਆਉਂਦੇ ਨੇ ਇੱਥੇ ਹਾਂ ਉੱਥੇ ਵੀ ਪੰਜ ਡਾਕੂ ਹੁੰਦੇ ਨੇ ਡਕੈਤੀ ਕਰ ਰਹੇ ਹੁੰਦੇ ਨੇ ਕੋਈ ਉੱਥੋਂ ਲੁੱਟ ਰਿਹਾ ਕੋਈ ਉੱਥੋਂ ਲੁੱਟ ਰਿਹਾ ਪੰਜੇ ਮਸਰੂਫ ਹੁੰਦੇ ਨੇ ਲੁੱਟਣ 'ਚ ਕਈ ਐਸੇ ਚਵਲ ਡਾਕੂ ਹੁੰਦੇ ਨੇ ਉਹਨਾਂ ਕੋਲ ਬਦਲ ਟ੍ਰਿਕ ਹੁੰਦਾ ਉਹ ਮੂੰਹ ਨਾਲ ਤਾਲੇ ਖੋਲ ਰਹੇ ਹੁੰਦੇ ਨੇ ਸਮਝ ਨਹੀਂ ਆ ਰਹੀ ਹੁੰਦੀ ਉਹਨਾਂ ਦੀ ਤੈਨੂੰ ਬੜਾ ਪਤਾ ਉਹਨਾਂ ਦੇ ਬਾਰੇ 'ਚ ਉਹ ਬੜੇ ਸਹੀ ਲੋਕ ਨੇ ਪੜੇ ਲਿਖੇ ਲੋਕ ਨੇ ਹਾਂ ਉਹ ਤੋਂ ਕੀ ਹੈ ਤੂੰ ਗਈ ਕਿਸੇ ਸ਼ਹਿਰ 'ਚ ਮੈਂ ਹਾਂ ਕਿੱਥੇ ਰਹੀਮ ਯਾਰ ਖਾਨ ਤੇਰਾ ਉੱਥੇ ਹੀ ਬਣਦਾ ਸੀ ਹਾਂ ਤੂੰ ਕੱਲੀ ਹੋ ਤਿੰਨ ਜਣੇ ਰਹੀਮ ਯਾਰ ਤੋਂ ਖਾਨ
ਤੇ ਪਠਾਨ ਤੇ ਬੱਬਰ ਸ਼ੇਰ ਨੇ ਚੀਤੇ ਹਾਂ ਪਾਕਿਸਤਾਨ ਦੇ ਵਿੱਚ ਖੁਦਾ ਪਾਕ ਦੀ ਕਸਮ ਖਾ ਕੇ ਕਹਿੰਦਾ ਪਠਾਨ ਗੈਰਤਮੰਦ ਲੋਕ ਹਾਂ ਬੱਬਰ ਸ਼ੇਰ ਚੀਤੇ ਲੇਕਿਨ ਮਾਸੂਮ ਨੇ ਮੇਰਾ ਕਿ ਯਾਰ ਪਠਾਨ ਸ਼ਰਾਬ ਪੀਣ ਨਾਲ ਰੋ ਰਿਹਾ ਮੈਂ ਕਿਹਾ ਖਾਨ ਭਾਈ ਸ਼ਰਾਬ ਵੀ ਪੀ ਰਹੇ ਹੋ ਰੋ ਵੀ ਰਹੇ ਹੋ ਕਹਿੰਦਾ ਮਾੜਾ ਸ਼ਰਾਬ ਇਸ ਲਈ ਪੀ ਰਹੇ ਹੋ ਮੁਝੇ ਮੇਰਾ ਮਸ਼ੂਕ ਯਾਦ ਆ ਰਿਹਾ ਤੇ ਮੈਂ ਕਿਹਾ ਰੋ ਕਿਉਂ ਰਹੇ ਹੋ ਮਾੜਾ ਉਸਕਾ ਨਾਮ ਯਾਦ ਨਹੀਂ ਆ ਰਿਹਾ ਮਸੂਮ ਦੋ ਪਠਾਨ ਆਪਸ ਵਿੱਚ ਸ਼ਰਤ ਲਾ ਬੈਠੇ ਇੱਕ ਪਠਾਨ ਦੂਜੇ ਪਠਾਨ ਕੀ ਕਹਿੰਦੇ ਆ ਕੋਚਾ ਅਗਰ ਤਾਂ ਤੁਮ ਇਹ ਬਤਾਓ ਕਿ ਇਸ ਟੋਕਰੀ ਮੇ ਕਿਆ ਤੋ ਇਹ ਸਾਰੇ ਕੇ ਸਾਰੇ ਅੰਡੇ ਤੁਮਾਰੇ ਔਰ ਅਗਰ ਤੁਮ ਇਹ ਬਤਾਓ ਇਹ ਕਿਤਨੇ ਇਹ 12 ਕੇ 12 ਤੁਮਾਰੇ ਔਰ ਅਗਰ ਤੁਮ ਇਹ ਬਤਾਓ ਇਹ ਕਿਸ ਜਾਨਵਰ ਕੇ ਹੈ ਉਹ ਮੁਰਗੀ ਵੀ ਤੁਮਾਰੇ ਸਲਾਮ ਅਲੈਕੁਮ ਭਾਈ ਜਾਨ ਮੇਰੀ ਜਾਨ ਸਜ਼ਾਤੇ ਬੱਬਰ ਸ਼ੇਰ ਆ ਮੈਂ ਗਿਆ ਬਦਲ ਦੀ ਨਾ ਜਿਹੜੇ ਮੁੰਡੇ ਦਾ ਤੂੰ ਮੈਨੂੰ ਫੋਨ ਤੇ ਕਹਿਣ ਡਿਆ ਹੈ ਨਾ ਉਹ ਮੁੰਡਾ ਰੰਗ ਦਾ ਆ ਬਹੁਤ ਕਾਲਾ ਨਹੀਂ ਉਹ ਤਾਂ ਮੱਖਣ ਹੀ ਉਹ ਮੱਖਣ ਉਹ ਵਾ ਭਾਈ ਆਹੋ ਉਹ ਭਾਈ ਜੇ ਉਹ ਮੱਖਣ ਤੇ ਫਿਰ ਗਰੀਸ ਕਹਿੰਦੀ ਹੋਣੀ ਮੇਰੀ ਗੱਲ ਸੁਣਨਾ ਭਾਈ ਕੁੜੀ ਮੈਂ ਜੰਮੀ ਆ ਉਹਨੂੰ ਮੈਂ ਕਿਤੇ ਬਿੱਲੇ ਕੰਢੇ ਲਾਉਣਾ ਆ ਮੈਂ ਉਹਨੂੰ ਖੂਹ 'ਚ ਨਹੀਂ ਸੁੱਟਣਾ ਏਡਾ ਕਾਲਾ ਮੁੰਡਾ ਮੈਨੂੰ ਨਹੀਂ ਚਾਹੀਦਾ ਉਹ ਮੱਖਣ ਉਹ ਭਾਈ ਛੱਡਦੇ ਜੇ ਉਹ ਮੱਖਣ ਆ ਤੇ ਭਾਈ ਫਿਰ ਗਟਰ 'ਚੋਂ ਗਾਰ ਕਹਿੰਦੀ ਨਿਕਲਦੀ ਹੁਣ ਵਾਹ ਜੀ ਵਾਹ ਉਹ ਮੁੰਡਾ ਬਾਹਰ ਰਿਹਾ ਸਾਰੀ ਜ਼ਿੰਦਗੀ ਉਹ ਭਾਈ ਯਾਰ ਛੱਡ ਦੇ ਬਾਹਰ ਰਿਹਾ ਤੇ ਬੰਦਾ ਪੁੱਛੇ ਮੈਂ ਆਪਣੀ ਸੋਹਣੀ ਸਖੀ ਕੁੜੀ ਉਹਨੂੰ ਦੇ ਦਿਆਂ ਹੈ ਉਹ ਮੈਨੂੰ ਯਰਾਨਾ ਨਹੀਂ ਚਾਹੀਦਾ ਆਪਣੀ ਕੁੜੀ ਦੀ ਜ਼ਿੰਦਗੀ ਚਾਹੀਦੀ ਆ ਜ਼ਿੰਦਗੀ ਤੇ ਉਹਦੀ ਬਚੇਗੀ ਅੱਛਾ ਹਾਂ ਵਾਹ 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 ਮੇਰੇ ਸ਼ਰੀਕ ਮੈਨੂੰ ਕਹਿਣ ਕੇ ਵਾਹ ਭਾਈ ਭਾਈਆ ਤੇਰੀ ਕੁੜੀ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਕਿੰਨੇ ਸਾਲ ਰਹੇ ਆ ਬਾਹਰ ਮੈਂ 14 ਸਾਲ ਭਾਈ ਤੇ ਉੱਥੇ ਵੀ ਸੁਰਮਾ ਹੀ ਵੇਚਿਆ ਉਹ ਸਰਮਾ ਕਾਰੋਬਾਰ ਆ ਭਾਈ ਕੀ ਕਰੀਏ ਹੁਣ ਹਾਂ ਭਾਈ ਤੈਨੂੰ ਆਪਣਾ ਵਾਅਦਾ ਯਾਦ ਹੋਣਾ ਚਾਹੀਦਾ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ ਬੰਦੇ ਨੂੰ ਭਾਈ ਜ਼ਬਾਨ ਦਾ ਤੇ ਮੈਂ ਇੰਜ ਪੱਕਾ ਆ ਜਿਸ ਤਰ੍ਹਾਂ ਤਹਿਰੀਕ ਪੱਕੀ ਹੁੰਦੀ ਹੈ ਹਾਂ ਉਹ ਮੁੰਡਿਆ ਉਹ ਮੇਰੀ ਗੱਲ ਸੁਣ ਲਓ ਕੋਈ ਖਾਣ ਪੀਣ ਦੀ ਸਹੀ ਉਹ ਮੁੰਡੇ ਮੁੰਡਿਆ ਹਾਂ ਜਵਾਨ ਮਾਰ ਗਿਆ ਬੱਚਿਆ ਇਹਨਾਂ ਨੂੰ ਪਤਾ ਨਹੀਂ ਲੱਗਣ ਡਿਆ ਹਾਂ ਇਹ ਜਿਹੜੇ ਨੇ ਲੈਂਦੇ ਆ ਪੈਸੇ ਇੱਕ ਬੰਦੇ ਕੋਲੋਂ ਹਾਂ ਥਾਂ ਥਾਂ ਕੋ ਪੈਸੇ ਲੈਣੇ ਉਹਨੂੰ ਲੱਗ ਪਤੇ ਜਾਣ ਇਹ ਨਾ ਫਰਮਾਨ ਉਲਾ ਦੇ ਬਾਹਰ ਤੈਨੂੰ ਖੋਲ ਨਾ ਫਰਮਾਨ ਉਲਾ ਦਾ ਕੀ ਕਰ ਉਹ ਬਿਸਮਿਲਲਾ ਹੁਸੈਨ ਮੰਜਣਾ ਆਇਆ ਸਾਡੇ ਤਾਂ ਪਿਆਰ ਨਾ ਮਿਲ ਕੌਣ ਨਹੀਂ ਓਏ ਇਸ ਘਰ ਦਾ ਮੈਂ ਕੁੜਾ ਮਾਂ ਹਾਂ ਕੀ ਸੀ ਉਹ ਮੁੰਡਾ ਆਉਣਾ ਇੱਧਰ ਅੱਛਾ ਇੱਧਰ ਵਿਆਹ ਲੱਗੇ ਹਾਂ ਜਿਹੋ ਜਿਹਾ ਮੁੰਡਾ ਸਹੀ ਵਿਆਹ ਲੱਗੇ ਮੈਂ ਸਹੀ ਕਹਿਣ ਡਿਆ ਤੁਹਾਨੂੰ ਡਾਰੀ ਬਾਤ ਹੈ ਬਿਜ਼ਨਸਮੈਨ ਲੋਕਾਂ ਦਾ ਵਿਆਹ ਹੋਣਾ ਆ ਹਾਂਜੀ 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 ਬਿਜ਼ਨਸ ਆਪਣਾ ਕਿਹੜਾ ਜੀ ਮਾਸ਼ਾਅੱਲਾ ਜਾਤੀ ਬਿਜ਼ਨਸ ਆਪਣਾ ਸੁਰਮੇ ਦਾ ਅੱਛਾ ਅੱਛਾ ਬੱਚੀਆਂ ਕਿੰਨੀਆਂ ਆਪਣੀਆਂ ਜੀ ਭਾਈ ਜੀ ਇੱਕ ਹੀ ਬੱਚੀ ਆ ਜਿਹੜੀ ਬੀਏ ਪੜ੍ਹੀ ਆ ਮੈਂ ਉਹਦੇ ਮੁੰਡੇ ਮੱਖਣ ਦਾ ਵਿਆਹ ਹੋਣਾ ਅੱਛਾ ਤੁਹਾਡੀ ਧੀ ਨੇ ਬੀਏ ਕਰ ਲਿਆ ਉਹਦੇ ਚ ਕੋਈ ਬੱਚੀ ਬੱਚਾ ਹੋਇਆ ਭਾਈ ਨੂੰ ਤਲੀਮ ਹਾਸਲ ਕੀਤੀ ਆ ਬੀਏ ਅੱਛਾ ਅੱਛਾ ਤੇ ਆਪਣਾ ਕਾਫੀ ਬਿਜ਼ਨਸ ਹੈ ਹਾਂ ਸੁਰਮੇ ਦਾ ਬਿਜ਼ਨਸ ਆ ਆਪਣਾ ਤੇ ਇਹਨੂੰ ਤੇ ਮਿੱਟੀ ਤੇ ਝਾੜੋ ਓਹੋ ਆਹੋ ਇਹਨੂੰ ਤੇ ਸਾਫ਼ ਕਰਕੇ ਮਾਰ ਹਾਂ ਉੱਤੇ ਤੇ ਤੇਰੀ ਮਾਂ ਦੀ ਕਸਮ ਹੀ ਮਾਰ ਉਹ ਪੁੱਤ ਕਾਲਾ ਕੱਪੜਾ ਆ ਕਾਲਾ ਕੱਪੜਾ ਨਹੀਂ ਆ ਮਰੇ ਜੁੱਤੀ ਤੇ ਘੱਟਾ ਲਾ ਕਿਹੜਾ ਬਿਜ਼ਨਸਮੈਨ ਹੈ ਉਹ ਅਸਰ ਤਾਂ ਵੀ ਜਦੋਂ ਫੈਸਲਾ ਨਿਕਲੀ ਦਾ ਨਾ ਮਾਰਕੀਟ ਗ੍ਰਾਈ ਗ੍ਰੀ ਕਰਨ ਵਾਸਤੇ ਘੱਟਾ ਘੁੱਟਾ ਤਾਂ ਪੈ ਹੀ ਜਾਂਦਾ ਘੱਟਾ ਘੁੱਟਾ ਪੈ ਹੀ ਜਾਂਦਾ ਠੀਕ ਹੈ ਠੀਕ ਖਾਣਾ ਪੀਣਾ ਹੈ ਕੁਛ ਜੂਸ ਪਿਆ ਦਿਓ ਇੱਥੇ ਭੈਣ ਵੀ ਆਈ ਪਾਣੀ ਸਾਦਾ ਮੰਗ ਜਿਹੜੀ ਚਾਹ ਮੰਗ ਲੈ ਜੂਸ ਸਾਰੇ ਪਾਈਏ ਤੂੰ ਭੈਣ ਵੀ ਆਈ ਇੱਥੇ ਜੂਸ ਤੂੰ ਚਾਹ ਵੀ ਪੀਣੀ ਹੈ ਕਾਫੀ ਵੀ ਪੀਣੀ ਹੈ ਜੂਸ ਵੀ ਪੀਣਾ ਉਹ ਕਿਉਂ ਤੂੰ ਇੱਥੇ ਮਾਂ ਵੀ ਆਈ ਹੈ ਓਏ ਤੁਸੀਂ ਅਸਰ ਵਾਲੇ ਯਾਰ ਅਜੇ ਕਦੋਂ ਵੀ ਆਈ ਭਾਵੇਂ ਨਹੀਂ ਵੀ ਆਈ ਤੇ ਗੱਲ ਚੱਲਣ ਦੀ ਇਰਾਦਾ ਤੇ ਹੈ ਨਾ ਮੇਰਾ ਇਰਾਦਾ ਕੋਈ ਨਹੀਂ ਉਹ ਭਾਈ ਤੇਰਾ ਲਿਆਉਣ ਦਾ ਪੁੱਤੋ ਇਹ ਮੇਰੀ ਗੱਲ ਸੁਣ ਲੈ ਸੇਰਾ ਲਿਆ ਤੇਰਾ ਰੰਗ ਬਾਬਾ ਚਿੱਟਾ ਆ ਹਾਫ ਸਿਰੇ ਆ ਹਾਫ ਸਿਰੇ ਤੈਨੂੰ ਮੈਂ ਵੀ ਨਹੀਂ ਕਰ ਸਕਦਾ ਇਹ ਵੀ ਨਹੀਂ ਕਹਿ ਸਕਦਾ ਕਿ ਮਰਜਾ ਤੂੰ ਤਾਂ ਫਰਿਸ਼ਤਿਆਂ ਦੇ ਜ਼ਹਿਨ ਚੋਂ ਨਿਕਲ ਗਿਆ ਦੂਰੀ ਵਰੀ ਯਤੀਮ ਹੋਣਾ ਹੀ ਆ ਤੂੰ ਗੱਲ ਕਰ ਦਾਰਜ ਗੋਸ਼ ਵਸੇ ਹੁੰਦਾ ਮਰੇ ਅੱਛਾ ਭਾਜੀ ਰਿਸ਼ਤਾ ਕਬੂਲ ਹੈ ਨਾ ਹਾਂ ਉਹ ਭਾਈਏ ਮੇਰੀ ਗੱਲ ਸੁਣ ਲਾ ਆ ਮੁੰਡਾ ਉਹ ਤਾਂ ਨਹੀਂ ਜਿਹੜਾ ਕਸੂਰ ਕੇਸ ਹੋਇਆ ਸੀ ਇੱਥੇ ਕਿ ਐਸੀਆਂ ਗੱਲਾਂ ਕਰ ਰਿਹਾ ਖੁਦਾ ਦੀ ਕਸਮ ਵੱਡੇ ਲੋਟਾ ਦਾ ਜਾਓ ਨਾ ਇਹੋ ਜਿਹੀਆਂ ਕੁੱਤੀਆਂ ਉਤੋਂ ਟਰੱਕ ਲੰਘ ਜਾਵੇ ਇੰਜ ਟੁੱਟਦੀਆਂ ਨੌਕਰ ਪੇਸ਼ਾ ਚੈਲੰਜ ਸੇਠ ਲੋਕ ਆ ਸੀ ਬੜੇ ਬੜੇ ਕੁੱਤੇ ਵੇਖੇ ਹੋਣੇ ਤੁਸੀਂ
ਇਹੋ ਜਿਹਾ ਕੁੱਤਾ ਤੁਸੀਂ ਅੱਜ ਤੱਕ ਨਹੀਂ ਵੇਖਿਆ ਹੁਣ। ਅੱਛਾ ਫੜ ਕਰੋ ਖੁਸਰਾ ਕੁੱਤਾ ਤੇ ਪਿਛਲੇ ਕੁੱਤੇ ਨੇ ਕਿਵੇਂ ਸਾਂਡ ਡਿਆ। ਹਾਂ 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 ਪਿੱਛੇ ਇਹੋ ਜਿਹਾ ਮਾਸੂਮ ਕੁੱਤਾ। ਇਹੋ ਜਿਹੇ ਕੁੱਤੇ ਤੁਸੀਂ ਅੱਜ ਤੱਕ ਨਹੀਂ ਵੇਖੇ ਹੋਣੇ। ਫਰਜ਼ ਕਰੋ ਛੋਟਾ ਕੁੱਤਾ ਹੈ ਵੱਡਾ ਕੁੱਤਾ, ਛੋਟਾ ਹੱਡੀ ਖਾ ਰਿਹਾ ਵੱਡਾ ਰੋਹ ਕਿਵੇਂ ਪਾ ਰਿਹਾ, ਛੋਟਾ ਹੱਡੀ ਖਾ ਰਿਹਾ ਵੱਡਾ। ਕਿੱਥੋਂ ਲਈ ਛੋਟਾ ਵੱਡਾ ਰਾਖਤ ਛੋਟਾ ਹਾਂ ਕੈਸੀ ਨਸਲ ਇਹਦੀ, ਬਹੁਤ ਅੱਛੀ ਨਸਲ ਆ। ਚਾਰ ਛਿਛੜੇ ਪਾ ਲਿਆ ਮੇਰੇ ਨੂੰ ਖੁਆਈਆ ਪਿਆਈਆ ਕੁਛ ਨਹੀਂ, ਅਸੀਂ ਇੱਥੇ ਬਾਹਰੋਂ ਹੀ ਖਾ ਪੀ ਲੈਂਦੇ, ਨਾਲੇ ਕਰਨੀ ਮੁੰਡੇ ਦੀ ਸ਼ਾਪਿੰਗ। ਠੀਕ ਹੈ ਨਾ ਭਾਈਆ, ਆਹ ਮੁੰਡਾ ਜਿਹੜਾ ਹੈ ਜਬਰ ਜਬਰ ਬਹੁਤਾ ਬੋਲਦਾ ਆ। ਬਿੱਲਾ ਸੋਹਣਿਆ ਲਾ 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 ਇਸ ਘਰ ਕੀ ਕੰਮ ਕਰਦੇ ਚਲ ਤੇਰੇ ਪਿੱਛੇ ਪਿੱਛੇ ਆਉਂਦੀਆਂ, ਅੱਗੇ ਮਜ਼ਬੂਤ ਤੇਰੇ ਤਰੇ ਲੈ ਮੈਂ ਪਾਉਂਦੀਆਂ, ਇਸ਼ਕ ਦਾ ਰੋਗ ਬੁਰਾ ਤੈਨੂੰ ਸਮਝਾਉਂਦੀਆਂ ਵੇ ਸੋਹਣਿਆ ਦਿਲ ਦਾ ਮਾਮਲਾ ਤੇਰਾ ਦਿਲ ਦਾ ਮਾਮਲਾ। ਬੰਦ ਕਰ ਆਪਣੇ ਘਰ ਹੀ ਆ ਗਏ। ਓ ਹੈਲੋ, ਓ ਕੌਣ ਆ ਤੁਸੀਂ ਭਾਈ? ਪਹਿਚਾਣਾ ਨਹੀਂ? ਨਹੀਂ ਵਾਕੇ? ਹਾਂ ਇਧਰੋਂ ਵੇ, ਇਧਰੋਂ ਇਧਰੋਂ ਨਹੀਂ ਸਹੀ ਚਾਹੇ ਨਹੀਂ ਨਹੀਂ ਯਾਰ ਬਣਾ ਮਰੇ ਤੂੰ ਲੋਕ ਇਹਨੂੰ ਸਾਲਿਆ ਇੰਨਾ ਤੇਲ ਲਾ ਨਹੀਂ ਡਿਆ ਜਿੰਨਾ ਪਿੱਛੋਂ ਤੂੰ ਲਾਉਣ ਡਿਆ। ਕੋਈ ਰੰਗ ਦੀ ਮਦਾਨੀ ਏ ਜਿਵੇਂ ਪਿਆ, ਛੋਟੀ ਭੈਣ ਮੈਨੂੰ ਫੜਾ ਦੇ ਉਂਜ ਨਸ ਵੀ ਤੇ ਜਾਣੀ ਏ ਚਿਚੜਾ ਚੋਲਾ ਸੀਰੇ ਦਰਦੀ ਨਹੀਂ ਬੋਲੇਂਦਾ ਓਲੇ ਦੀ ਮਰਦੀ। ਇੱਕ ਬੰਦੇ ਨੂੰ ਪੁੱਛਦਾ ਤੁਹਾਡੀ ਕੌਮ ਕੀ ਹੈ, ਕਹਿੰਦਾ ਆਰਾਈ ਉਹਨੇ ਕਹਾ ਇਸ ਤੋਂ ਬਾਅਦ ਮੈਂ ਨਾ ਬੁਲਾਈ ਚਿਚੜਾ ਚੋਲਾ ਕੋਠੇ ਤੋਂ ਧੱਕਾ ਦਿੱਤਾ, ਕਹਿੰਦਾ ਡਿਊ ਨੱਚੀ ਹੈ ਤੂੰ ਕਿਆ ਕੀਆ।
ਕਹਿੰਦਾ ਇੱਥੇ ਟੈਟੂ ਬਣਾ ਦੇ। ਸਤਿਗੁਰੂ ਮਨਾ ਕੇ ਛੱਡੀ ਸਤਿਗੁਰੂ ਦਿਲ ਦੇ ਤੁਮਾਰੇ ਤੁਮੇ ਦਾ ਦਿਲ।
ਮਾਰ ਹੋਵੇ ਕੰਦ ਜਿਨਾ ਦੀ ਵਿਆਹੋਵੇ ਤਾਂ ਕਿਦਰਾ ਦੀ ਲੜ ਲਗ ਲਗ ਜਿਨੀ ਤੱਕ 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 ਲਗ ਹੁਣ ਪਤਾ ਲੱਗਾ ਜੇ ਮਰਦਾਂ ਤੋਂ ਕਿਉਂ ਨਫ਼ਰਤ ਕਰਦੀ ਹੈ ਭਾਣ ਮੇਰੀ ਬੁੱਢੀ ਲੈ ਕੇ ਉੱਤਰ ਜਾ ਤੂੰ ਕੀ ਤੈਨੂੰ ਸ਼ਹਿਦ ਪਤਾ ਇਹਨੇ ਸ਼ਹਿਦ ਗੰਦੀ ਮੱਖੀ ਦਾ ਛੋਟੀ ਮੱਖੀ ਦਾ ਭੁੰਡਾ ਦਾ ਭਾਈ ਸ਼ੋਹੇ ਇੱਕ ਗੱਲ ਤੇ ਦੱਸੋ ਲੱਕੀ ਸਾਹਿਬ ਤੁਹਾਨੂੰ ਤੁਹਾਡੀ ਮਾਂ ਦੀ ਕਿਸਮ ਸਹੀ ਇਹ ਜਿਹਦਾ ਤੁਹਾਡਾ ਨਿਕਾਹ ਹੋਇਆ ਹੈ ਮੌਲਵੀ ਨੇ ਤੈਨੂੰ ਵੀ ਕਿਹਾ ਸੀ ਕਲਮਾ ਸੁਣਾ ਸਦਕਾ ਸੁੱਟਿਆ ਉੱਠ ਕੇ ਟੁਰ ਪਿਆ ਮੇਰੀ ਬੁੱਢੀ ਖਲੋਤੀ ਮੇਰਾ ਮੂੰਹ ਕਾਲਾ ਥੋੜਾ ਜਿਹਾ ਕਾਲਾ ਕਰਾ ਲਾ ਬਹੁਤਾ ਚਿੱਟਾ ਵੀ ਚੰਗਾ ਕੀ ਹੋਇਆ ਮੈਨੂੰ ਉਹ ਗੱਲ ਕੀਤੀ ਨਾ ਲੱਗੀ ਤੈਨੂੰ ਤਾਂ ਪਿੱਛੋਂ ਵੀ ਅੱਗ ਲੱਗੀ ਇੱਧਰ ਛਾਤੀ ਮਾਰ ਤੈਨੂੰ ਲੱਗੇਗਾ ਕਮਾਦ ਬੀਜਿਆ ਕਮਾਦ ਦੀ ਫਿਕਰ ਰਹਿੰਦੀ ਤੇਰੀ ਗੱਲ ਦਾ ਮੈਂ ਗੁੱਸਾ ਕਰਨਾ ਹੀ ਨਹੀਂ ਕਿਉਂ ਕਿਉਂਕਿ ਤੇਰਾ ਮੇਰਾ ਕਾਰੋਬਾਰ ਵੇਖ ਕੇ ਤੇਰਾ ਕਾਰੋਬਾਰ ਨਹੀਂ ਮਰੇ ਤੂੰ ਸਿਰਫ ਐਵੇਂ ਦੁਕਾਨਦਾਰੀਆਂ ਨਹੀਂ ਫਰਕ ਹੈ ਕਿਹੜੀ ਦੁਕਾਨਦਾਰੀ ਸਾਡੀ ਜਿਹੜਾ ਅਗਲੇ ਪਲਾਜ਼ੇ 'ਚ ਹੁੰਦੀ ਹੈ ਤੇ ਬਸ ਬਸ ਹਾਏ ਚੱਪਾ ਓਏ ਖਬਰਦਾਰ ਮੇਰੇ ਪਲਾਜ਼ੇ ਦਾ ਕਹੀਂ ਓਏ ਕੇਕੂ ਓਏ ਇਹ ਮੈਂ ਕੋ ਇੱਕ ਮਿੰਟ ਐ ਆਪਣੀ ਦੁਕਾਨ ਦਾ ਸ਼ਟਰ ਖੋਲੋ ਇਹ ਕਿਹੜੇ ਕਿਹੜੇ ਚੌਂਕ 'ਚ ਦੁਕਾਨਦਾਰੀ ਮੈਂ ਦੋਵਾਂ ਚੌਂਕਾਂ 'ਚ ਜਾਣਾ ਜੇ ਬੇਸ਼ਰਮਾ ਹੱਥ ਜੋੜਾ ਪਿਆਰ ਦੀ ਨਾ ਹੱਥ ਕੱਪੀ ਢੋਲ ਵੇ ਮੇਰੇ ਮਾਰੇ ਜੰਦੀਰੇ ਤੂੰ ਐਂਜਨਾ ਤੂੰ ਖੋਲ ਵੇ ਐਂਜਨਾ ਤੂੰ ਖੋਲ ਵੇ ਲੱਖ ਜੀ ਗਿਰਤ ਦਿਲ ਪਰ ਮੇਰੇ ਚੰਨ ਚੌਦਵੀਂ ਦਾ ਕੀ ਅਨੇੜੇ ਤੇ ਤੇਰੀ ਮਾਂ ਲੱਗਦੀ ਪਿਛਾਂ ਹਟ ਕੇ ਖਲੋ ਪਈ ਮਾਂ ਨਵੇਂ ਬੋਲੀਆਂ ਨੂੰ ਅਗਲਾ ਕਹੀ ਨਹੀਂ ਭਾਜੀ ਖਾਲੀ ਬੁੱਲੀਆਂ ਨੂੰ ਨਹੀਂ ਪੂਰੇ ਮੂੰਹ ਦਾ ਬਾਰਬੀਕਿਊ ਹੋ ਗਿਆ ਵਾਹ 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 ਜਾਤੀ ਹੂੰ ਮੈਂ ਜਲਦੀ ਹੈ ਕਿਆ ਧੜਕ
इनसे मैं डरने लगी हूँ, मैं प्यार करने लगी हूँ। इनसे जो इतना डरोगी तुम कमाई कैसे करो। हूँ भी कहना मेरी बीवी दे। जरा सा झूम लूं मैं, अरे नारे बाबा ना, आ तुझे झूम लूं मैं। बत्ती बंद करो यार। ओए ओए ओने नहीं है गाना तो सही। ओ सुना जड़ा रखी छाते खलो के जा रही है केड़ा। मुझे कपड़ों में नहीं तेरे नैना ने किया ऐसा जादू मेरे ते, वे काली बूथी वाले लख लानक ते। काला मंजीते चढ़िया नी मां, चढ़ाई बड़िया नी मां, काला मंजीते चढ़िया नी मां, तेरी मेरी मेरी तेरी भैन निकल गई। करामात नहीं, कदी कालिया दे करामात वेख, नहीं लखा बाल वेखी, कदी काले दा जम के बाल ते वेख। जिन्ने जमया ऐ न्याणा उस मां दा जाके हाल दे वेख। अज बस मां दा जाके हाल दे वेख, ओ पहले अपनी मां ने हाल दे वेख। ओए ठीक है तू भी 70 ले लेगा, जाके पठाना दा टाल दे वेख। ओए 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 सूफी दा साला हुंदा। तेरी वाइफ है? वाइफ तेरी होएगी, मेरी सिस्टर है। ओए अंडी से क्या मरे, नहीं इसके साथ शादी करिए। हां वाकई सिस्टर नहीं तो बीवी कहने ने। हां जी बदनसीब आदमी है, बदनसीब आदमी। मैं पता की बदनसीब है जी, की बदनसीब आदमी। की सदका फेंकने गया चड़ेलो ने वापस कर दिया, उन्होंने कहा आपस में लेन देन नहीं होता। अल्ट्रासाउंड कराया साहब जी।
ਕੀ ਹੋਇਆ? ਓਏ ਬੰਦਾ ਹੀ ਹੈ ਕਿਸੇ ਲੱਕੜ ਬਾਲ ਕੇ ਭਜਾਈ ਹੈ। ਗੱਲ ਇਹ ਰਹਿਮਤ ਜੀ ਸਰਕਾਰ, ਕਿਸ ਨਾਲ ਦੇ ਘਰ ਹੋਈ ਹੈ ਡਕੈਤੀ? ਨਾਲ ਦੇ ਘਰ ਜੀ ਬਿਲਕੁਲ, ਨਾਲੇ ਨਾ ਕਿ ਲਿਆਏ ਨੇ ਉਹਨਾਂ ਦੀ ਮੋਟਰ। ਉਹ ਨਹੀਂ ਨਹੀਂ ਸਾਹਿਬ ਜੀ, ਅਸੀਂ ਤਾਂ ਇੱਥੇ ਨੌਕਰ ਆ, ਇਹ ਮਾਲਕ ਨੇ ਬੜੇ ਅੱਛੇ ਲੋਕ ਨੇ, ਅਸੀਂ ਕਿ ਮੋਟਰਾਂ ਲਾਉਣੀਆਂ। ਰੰਗ ਛੱਡ ਦੇ, ਲਾਜੋ ਮਾਂ ਦਾ ਝਾਟਾ ਕਾਲਾ ਕਰ ਲੈਣਾ। ਬੇਟਾ ਮੇਰੀ ਮਾਂ ਗੰਗੀ ਏ, ਚੋ ਜਿਹੜਾ ਪਿੰਡ ਚ ਕੇਸ ਹੋਇਆ ਤੁਹਾਡੀ ਮਾਂ ਦਾ ਆਇਆ ਸੀ, ਰੱਖ ਕੇ ਵਿਛਾ ਇਹਨੂੰ। ਹਾਂ ਯਾਰ ਮੈਨੂੰ ਮਾਰਦਾ ਕਿਸੇ ਨੂੰ ਛੱਡ ਲੱਗ ਜਾਂਦਾ ਨਿਕਲ। ਹੱਲੇ ਬਾ ਅੰਦਰੋਂ ਬੰਦੇ ਲੱਭ, ਮੈਨੂੰ ਦੇ ਜਾ, ਮੈਂ ਲੈ ਕੇ ਆ ਬੰਦੇ ਕੇ ਬੜਾ ਦਰ ਬੰਦੇ ਲੱਭ ਲੱਭ ਕੇ ਲਿਆ। ਬੰਦਾ ਸਿੱਧਾ ਹੋਏ, ਸਿੱਧਾ ਉੱਠੋ, ਲੱਭੇ ਬਈਆ। ਆਹ ਕੀ ਮਸਲਾ ਕੀ ਭਾਈ ਬਾਤ ਉਹ ਮਸਲਾ ਤਾਂ ਬਤਾ ਨਾ, ਖੋਤੀ ਗਿਆ ਕੀ ਮਸਲਾ? ਮਸਲਾ ਬੰਦੇ ਦਾ ਪੁੱਤਰ ਬਣ, ਤੂੰ ਵੀ ਬੰਦੇ ਕਾ ਪੁੱਤਰ ਬਣ। ਬੰਦੇ ਦਾ ਪੁੱਤਰ ਆ, ਗੱਲ ਕਰਾ ਸਾ ਸਦੀਕ ਕਾ ਪੁੱਤਰ ਹੂੰ, ਅੱਜ ਬੰਦੇ ਕਾ ਬਣ ਰਹਾ। ਇਨਸਾਨ ਬਣ ਸਿੱਧਾ ਸਿੱਧਾ ਸਿੱਧਾ, ਮਸਲੇ ਬਣ ਨੂੰ ਕਾਨੂੰਨ ਦੇ ਅੱਗੇ ਕਾਨੂੰਨ ਦੇ ਅੱਗੇ ਸਿੱਧਾ ਖਲੋ, ਸਿੱਧਾ 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 ਸਿੱਧਾ। ਮੈਂ ਤਫਤੀਸ਼ ਕਰਕੇ ਆਇਆ, ਉਹ ਕੀ ਕਰ ਰਿਹਾ ਸਿੱਧਾ, ਉਹਨੂੰ ਸਿੱਧਾ ਕਰਾ ਰਹੇ ਲਾਂਤੀ ਬਗੈਰ ਲਾਂਤੀ। ਆਪਕੀ ਸਿਸਟਰ ਨੇ ਕੋਈ ਇਤਰਾਜ਼ਾਤ ਕੀ ਹੈ? ਬਗੈਰਤਾ ਯਹਾਂ ਕਿਉਂ ਮਾਰ ਰਹੇ ਆ? ਤੂੰ ਬੜਾ ਖਮੋਸ਼ ਬੇਟਾ, ਤੂੰ ਨਹੀਂ ਬੋਲਦਾ। ਲਾੜੇ ਕਦੋਂ ਬੋਲਦੇ ਨੇ? ਸਹੀ ਬਾਤ, ਜਾਂ ਲਾੜੇ ਨਹੀਂ ਬੋਲਦੇ ਜਾਂ ਮਈਅਤ ਨਹੀਂ ਬੋਲਦੀ। ਓਏ ਇਹਨਾਂ ਦੇ ਅੱਤੇ ਪਤਾ ਲੈ, ਨਹੀਂ ਪੈਂਦਾ ਭਾਈ। ਬੈ ਬੈ ਥੱਲੇ ਯਾਰ, ਪੁਲਿਸ ਮੈਂ ਭਰਤੀ ਹੋ ਗਏ ਹੋ? ਹਾਂ, ਖੋਤੀ ਕੇ ਬੱਚੇ ਸੇ ਬਤਾ ਨਾ ਲਾਂਤੀ ਆਪਣੀ ਜੇਬ ਦਾ ਧਿਆਨ ਰੱਖਣਾ, ਜੇਬ ਕਤਰਾ ਜੇ। ਓਏ ਆਵਾ, ਜੇਬ ਕਤਰਾ ਨਹੀਂ ਖਾਲੀ ਕਤਰਾ। ਉੱਤੇ ਲਿਆ ਚੋਰ ਦੇ ਬੱਚੇ ਨੂੰ, ਉੱਥੇ ਕੈਮਰੇ ਅੰਦਰ ਆ ਰਹੇ ਤੇਰੇ। ਪੈਸੇ ਮੰਗ ਲੇਗਾ ਰੋਟੀ ਦੇਣ ਭਾ ਵੱਡੇ ਨੂੰ। ਨਹੀਂ ਭਾ ਫੜਿਆ ਨਹੀਂ, ਉਹਨੂੰ ਮੰਜੀ ਲੱਗੀ ਆ। ਹਾਂਜੀ, ਸੁਹਾਗ ਰਾਤ ਅੱਜ ਨਹੀਂ ਮੇਰੇ ਕੋਲ ਮਨਾਈ ਜਾਣੀ, ਮੈਂ ਥਾਣੇ ਮਨਾਉਣ ਡਿਆ। ਉਹ ਪਤਾ ਵੀ ਸੁਹਾਗ ਰਾਤ ਕਿਵੇਂ ਮਨਾਈ ਦੀ ਹੈ? ਖੋਤੀ ਸੂਬੀ ਆ, ਬੋਲੀ ਪੀਣੀ ਜੇ ਲਾਂਤੀਆ ਅਦਰਾਏ। ਓਏ ਅੱਤੇ ਪਤੇ ਲੇਖ ਰਹਿਮਤ, ਨਾ ਪਤਾ ਲਾਏ ਫੋਨ ਕਰਦੇ। ਤੂੰ ਕਹਿੰਦਾ ਸੁਹਾਗ ਰਾਤ ਨਹੀਂ ਮਨਾਈ ਜਾਣੀ, ਸੁਹਾਗ ਰਾਤ ਮਨਾਣੀ ਆਉਂਦੀ? ਭੈਣ ਜੀ ਮਨਾਈ ਦੀ ਆ, ਜਿਵੇਂ ਆ 14 ਅਗਸਤ ਮਨਾਈ ਦਾ। ਉਹ ਅਗਸਤ ਨਹੀਂ ਓਏ, ਅਗਸਤ ਲੰਸਰ ਕੱਢ ਕੇ। ਓਏ ਓਏ ਇਹਦਾ ਹਿਸਾਬ ਕਿਤਾਬ ਲਾ, ਤੇ ਇਹਦਾ ਆਟਾ ਪੁੱਛ ਪੁੱਛ ਅੱਗੇ ਹੋ ਕਿਤੇ ਆਟਾ ਪਟ। ਤਫਤੀਸ਼ ਛੇਤੀ ਕਰ ਲਓ, ਬਹੁਤ ਸੇਕ ਆ ਰਿਹਾ ਖੁਦਾ ਦੀ ਕਸਮ। ਤੂੰ ਇੱਧਰ ਆ, ਲਿਖੋ ਲਿਖੋ ਨਾਮ ਨਾਲ। ਹਾਂ ਆਪਣਾ ਜਲਦੀ ਨਾਮ ਲਿਖਾ ਯਾਰ। ਚੱਲ ਚੱਲ ਨਾਲ, ਹਾਂ ਨਹੀਂ ਲਹਾਂਦੇ ਜੀ, ਨਾਲ ਹਾਂ ਨਹੀਂ ਲਹਾਂਦੇ।
पिछली दफा मैं लमक के गया था दलावर क्या पानी भावा भैन ना पाला गल्ला करना चल चल फटाफट बोल नालहा दलावर प्यो का ना दलावर मुझे भी छोड़ दो तेरी भैन खोती दे बच्चिया